ਰੈਡ ਐਫ ਐਮ ਸੁਣ ਰਹੇ ਸੀ 89.1 ਅਤੇ 93.1 ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲਬਾਤ ਕਰ ਰਹੇ ਸਾਂ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਵਾਲੇ 350ਵੇਂ ਪੁਰਬ ਦੇ ਉੱਤੇ ਅਸੀਂ ਇੱਕ ਲੜੀਵਾਰ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜਿਸ ਵਿੱਚ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਹਰ ਮਹੀਨੇ ਇੱਕ ਲੈਕਚਰ ਦਿਆ ਕਰਨਗੇ ਜਿਹੜਾ ਗੁਰੂ ਸਾਹਿਬ ਦੀ ਜ਼ਿੰਦਗੀ ਨਾਲ ਸੰਬੰਧਿਤ ਹੋਏਗਾ, ਉਹਨਾਂ ਦੀ ਫਿਲੋਸਫੀ, ਉਹਨਾਂ ਦੀ ਪੋਇਟਰੀ, ਜਿਹੜੀ ਬਾਣੀ ਉਹਨਾਂ ਨੇ ਰਚੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਉਹਨਾਂ ਨੇ ਅਨਮੋਲ ਸਿਧਾਂਤ ਦਿੱਤੇ ਨੇ ਜ਼ਿੰਦਗੀ ਜਿਉਣ ਦੇ, ਉਹਨਾਂ ਦੀ ਚਰਚਾ ਹੋਵੇਗੀ। ਪ੍ਰੋਫੈਸਰ ਸਾਹਿਬ ਉਸ ਨੂੰ ਡਿਟੇਲ ਦੇ ਵਿੱਚ ਸਾਨੂੰ ਸਮਝਾਉਣਗੇ ਅਤੇ ਦੱਸਣਗੇ। ਅੱਜ ਉਹ ਸਾਡੇ ਸਟੂਡੀਓਜ਼ ਦੇ ਵਿੱਚ ਨੇ। ਪ੍ਰੋਫੈਸਰ ਸਾਹਿਬ ਜੀ ਆਇਆਂ ਨੂੰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਸੋ ਬਹੁਤ ਲੋਕ ਅੱਜ ਉਤਸੁਕ ਨੇ ਜੀ, ਸੁਣਨਾ ਚਾਹੁੰਦੇ ਨੇ ਕਿ ਗੁਰੂ ਸਾਹਿਬ ਬਾਰੇ ਜਿਹੜੀ ਪਹਿਲੇ ਲੈਕਚਰ ਦੇ ਵਿੱਚ ਕੀ ਕੀ ਜਾਣਕਾਰੀ ਮਿਲੇ। ਤਿੰਨ ਸਾਹਿਬ ਦੇਖੋ, ਇਹ ਹੁਣ ਸਾਰਾ ਸਾਲ ਆਪਾਂ ਚੱਲਣਾ, ਜਦ ਤੱਕ ਕਿ 550 ਸਾਲ ਉਹਨਾਂ ਦਾ ਜਨਮ ਦਾ ਨਹੀਂ ਜਾਂਦਾ। ਸੋ ਇਸ ਕਰਕੇ ਇਹਦੇ ਲਈ ਪਹਿਲੇ ਲੈਕਚਰ ਦੇ ਵਿੱਚ ਤਾਂ ਮੇਰਾ ਖਿਆਲ ਜਾਣ ਪਛਾਣ ਆਪਾਂ ਕਰ ਲਈਏ ਨਾ ਜੀ, ਵੀ ਕੀ ਅਸੀਂ ਕਰਨਾ ਸਾਰੇ ਟਾਈਮ ਦੇ ਵਿੱਚ, ਕੀ ਇਹਦੇ ਵਿੱਚ ਸਾਰਾ ਹੈਗਾ, ਤਾਂ ਉਹ ਜ਼ਿਆਦਾ ਜ਼ਰੂਰੀ ਆ। ਕਿਉਂਕਿ ਜਿਹਨਾਂ ਲੋਕਾਂ ਦੇ ਵਿੱਚ ਉਹ ਵਿਚਰੇ ਆ, ਜਿਹੜੀ ਧਰਤੀ 'ਤੇ ਉਹ ਘੁੰਮੇ ਆ, ਫਿਰੇ ਆ, ਉਹਦੇ ਬਾਰੇ ਵੀ ਥੋੜ੍ਹਾ ਜਿਹੜਾ ਗਿਆਨ ਹੋਣਾ ਜ਼ਰੂਰੀ ਹੈ, ਤਾਂ ਹੀ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਾਂਗੇ। ਸੋ ਇਹ ਇੰਨਾ ਵਿਸ਼ਾਲ ਆ ਕੰਮ, ਮੈਂ ਤੁਹਾਨੂੰ ਦੱਸਾਂ ਜੀ, ਇੰਨਾ ਵਿਸ਼ਾਲ ਆ ਕੰਮ ਵੀ ਇਹਨੂੰ 12 ਲੈਕਚਰਾਂ ਦੇ ਵਿੱਚ ਵੀ ਸਮੇਟਣਾ ਜਿਹੜਾ ਹੈਗਾ ਆ, ਇਹ ਮੁਮਕਿਨ ਨਹੀਂ ਹੈ। ਸੋ ਪਰ ਫਿਰ ਵੀ ਜਿੰਨਾ ਕੁ ਆਪਾਂ ਕਰ ਸਕਾਂਗੇ ਉਹ ਜ਼ਰੂਰ ਕਰਾਂਗੇ। ਜੋ ਕਿ ਉੱਦਾਂ ਮੈਨੂੰ ਕਰਦੇ ਕਰਦੇ ਨੂੰ ਯਾਦ ਆ ਗਈ ਜੀ ਇੱਕ ਵਾਰ ਗੱਲ, ਮੇਰਾ ਖਿਆਲ ਡਾਇਓਜੀਨਸ ਦੀ ਗੱਲ ਹੈ ਜਿਹਦੀ ਆਪਾਂ ਕਈ ਵਾਰ ਗੱਲ ਅੱਗੇ ਕੀਤੀ ਹੈ। ਉਹ ਡਾਇਓਜੀਨਸ ਜਿਹੜੇ ਆਪਣੇ ਏਥਨਸ ਗ੍ਰੀਕ ਦੇ ਫਿਲੋਸਫਰ ਹੋਏ ਆ ਜੀ, ਅਤੇ ਉਹ ਜਿਹਨੇ ਅਲੈਗਜ਼ੈਂਡਰ ਨੂੰ ਕਿਹਾ ਸੀ ਵੀ ਤੂੰ ਮੈਨੂੰ ਕੀ ਦੇ ਸਕਦਾ, ਤੂੰ ਤਾਂ ਆਪ ਭੁੱਖਾ ਆ ਜਾ ਕੇ। ਉਹ ਇੱਕ ਵਾਰ ਜੀ ਸਮੁੰਦਰ ਦੇ ਕੰਢੇ ਉਹਨੇ ਟੋਆ ਪੱਟੇ, ਮੇਰਾ ਖਿਆਲ ਉਹੀ ਸੀ, ਹੋ ਸਕਦਾ ਕੋਈ ਹੋਰ ਫਿਲੋਸਫਰ ਹੋਵੇ, ਮੈਂ ਇਹ ਇੰਨਾ ਸ਼ੋਰ ਨਹੀਂ ਹੈ। ਉਹਨੇ ਸਮੁੰਦਰ ਦੇ ਕੰਢੇ 'ਤੇ ਇੱਕ ਟੋਆ ਪੱਟਿਆ ਸੀਗਾ ਜੀ, ਅਤੇ ਸਮੁੰਦਰ ਦੇ ਵਿੱਚੋਂ ਉਹ ਚਮਚੇ ਨਾਲ ਪਾਣੀ ਕੱਢ ਕੱਢ ਕੇ ਟੋਏ 'ਚ ਪਾਉਣ, ਅਤੇ ਉਹ ਕਿਸੇ ਨੇ ਆ ਕੇ ਉਹਨੂੰ ਪੁੱਛਿਆ ਵੀ ਇਹ ਤੁਸੀਂ ਕੀ ਕਰ ਰਹੇ ਹੈ, ਇਹ ਚਮਚੇ ਦੇ ਨਾਲ ਪਾਣੀ ਕੱਢ ਕੱਢ ਕੇ ਟੋਏ 'ਚ ਪਾ ਰਹੇ ਹੈ। ਉਹ ਕਹਿੰਦੇ ਵੀ ਜਿਹੜਾ ਇਹ ਸਮੁੰਦਰ ਆ, ਇਹ ਗਿਆਨ ਦਾ ਸਮੁੰਦਰ ਆ, ਅਤੇ ਇਹ ਟੋਆ ਜਿਹੜਾ ਹੈਗਾ ਇਹ ਮੇਰੀ ਅਗਿਆਨਤਾ ਦਾ ਟੋਆ ਆ। ਸੋ ਮੈਂ ਇੰਨਾ ਕੋਈ ਕੱਢ ਸਕਦਾ, ਮੇਰੀ ਅਕਲ ਚਮਚੇ ਕੁ ਜਿੰਨੀ ਆ ਜਿਹੜੀ ਮੈਂ ਉਹ ਕੱਢ ਸਕਦਾ, ਉਹ ਕੱਢ ਕੱਢ ਕੇ ਮੈਂ ਟੋਏ 'ਚ ਭਰਨ ਦੀ ਕੋਸ਼ਿਸ਼ ਕਰਦਾ ਹਾਂ, ਜਿਹੜਾ ਭਰਦਾ ਤਾਂ ਹੈ ਨਹੀਂ, ਇਹ ਗਿੱਲਾ ਹੀ ਹੋਣਾ, ਪਰ ਮੈਂ ਐਵਰੀ ਡੇ 'ਚ ਪਾਈ ਜਾਂਦਾ। ਸੋ ਮੈਨੂੰ ਵੀ ਲੱਗਦਾ ਵੀ ਆਪਾਂ ਇੱਕ ਇੱਦਾਂ ਦਾ ਇੱਕ ਯਤਨ ਕਰਨ ਲੱਗੇ ਹਾਂ ਵੀ ਗੁਰੂ ਸਾਹਿਬ ਦਾ ਹੀ ਮਹਾਨ ਜਿਹੜਾ ਹੈਗਾ, ਉਹਨਾਂ ਦੇ ਨੌਲੇਜ ਦਾ, ਗਿਆਨ ਦਾ ਸਮੁੰਦਰ ਆ, ਉਹਦੇ ਵਿੱਚ ਇੱਕ ਚਮਚੇ ਨਾਲ ਆਪਣੇ ਟੋਏ 'ਚ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਉਹ ਪਾਉਂਦੇ ਆਪਾਂ ਰਹਾਂਗੇ, ਪਰ ਟੋਆ ਤਾਂ ਭਰਨਾ ਨਹੀਂ, ਉਹਨਾਂ ਦੇ ਗਿਆਨ ਦਾ ਸਮੁੰਦਰ ਮੁੱਕਣਾ ਨਹੀਂ ਹੈ ਜੀ ਜੀ। ਸੋ ਇਹਦੇ ਨਾਲ ਹੀ ਨਾਲ ਡਾਕਟਰ ਅਲਾਮਾ ਇਕਬਾਲ ਹੋਏ ਆ ਜੀ। ਡਾਕਟਰ ਅਲਾਮਾ ਇਕਬਾਲ ਨੂੰ ਜੇ ਮੈਂ ਇਹ ਕਹਿ ਦੇਵਾਂ ਵੀ ਗਾਲਬ ਸਾਹਿਬ ਤੋਂ ਬਾਅਦ ਸਭ ਤੋਂ ਵੱਡੇ ਉਰਦੂ ਪਰਸ਼ੀਅਨ ਦੇ ਪੋਇਟ ਹੋਏ, ਤਾਂ ਗਲਤ ਨਹੀਂ ਹੋਊਗੀ, ਜਿਹਨਾਂ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਵੀ ਉਹਨੇ ਕੀਤਾ। ਡਾਕਟਰ ਅਲਾਮਾ ਇਕਬਾਲ ਨੇ ਗੁਰੂ ਸਾਹਿਬ 'ਤੇ ਇੱਕ ਨਜ਼ਮ ਲਿਖੀ ਹੈ ਜੀ। ਉਹ ਨਜ਼ਮ ਮੈਨੂੰ ਜਿੰਨੀ ਯਾਦ ਆ, ਮੈਂ ਥੋੜ੍ਹੀ ਜਿਹੀ ਉਹ ਗੱਲ ਕਰਦਾ ਜੀ। ਉਹਨੇ ਕਿਹਾ ਆਸ਼ਕਾਰ ਉਸਨੇ ਕੀਆ ਜੋ ਜ਼ਿੰਦਗੀ ਕਾ ਰਾਜ ਥਾ, ਹਿੰਦ ਕੋ ਲੇਕਿਨ ਖਿਆਲੀ ਫਲਸਫੇ ਪੇ ਨਾਜ਼ ਥਾ। ਆਸ਼ਕਾਰ ਹੁੰਦਾ ਕਿਸੇ ਚੀਜ਼ ਨੂੰ ਰਿਵੀਲ ਕਰ ਦੇਣਾ, ਦੱਸ ਦੇਣਾ। ਆਸ਼ਕਾਰ ਉਸਨੇ ਕੀਆ ਜੋ ਜ਼ਿੰਦਗੀ ਕਾ ਰਾਜ ਥਾ, ਹਿੰਦ ਕੋ ਲੇਕਿਨ ਖਿਆਲੀ ਫਲਸਫੇ ਪੇ ਨਾਜ਼ ਥਾ। ਫਿਰ ਉਹਨੇ ਕਹਾਂ ਕਿਹਾ ਸ਼ਮਾਏ ਹੱਕ ਸੇ ਜੋ ਮੁਨੱਵਰ ਹੋ, ਇਹ ਵੋ ਮਹਿਫਲ ਨਾ ਥੀ, ਬਾਰਿਸ਼ ਰਹਿਮਤ ਹੋਈ ਲੇਕਿਨ ਜ਼ਮੀਂ ਕਾਬਲ ਨਾ ਥੀ। ਕਿਆ ਬਹੁਤ ਆਖਰੀ ਜਿਹੜਾ ਬਹੁਤ ਫਿਰ ਉਹਨਾਂ ਦਾ ਮਸ਼ਹੂਰ ਹੋਇਆ ਜੀ, ਉਹ ਫਿਰ ਉਹਨੀ ਇਹ ਕਿਹਾ ਜਾ ਕੇ ਫਿਰ ਉੱਠੀ ਆਖਰ ਇੱਕ ਸਦਾ ਤੋਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਬ ਸੇ। ਉਹ ਕਹਿੰਦੇ ਫਿਰ ਉੱਠੀ ਆਖਰ ਇੱਕ ਸਦਾ ਤੋਹੀਦ ਕੀ ਪੰਜਾਬ ਸੇ, ਤੋਹੀਦ ਹੁੰਦਾ ਮੋਨੋਇਜ਼ਮ, ਇੱਕ ਰੱਬ 'ਚ ਵਿਸ਼ਵਾਸ ਹੋਣਾ। ਉਹ ਕਹਿੰਦੇ ਫਿਰ ਇੱਕ ਉੱਠੀ ਆਵਾਜ਼ ਆਖਰ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਬ ਸੇ, ਹਿੰਦੁਸਤਾਨ ਨੂੰ ਇੱਕ ਮੁਕੰਮਲ ਆਦਮੀ ਨੇ, ਮਰਦ ਕਾਮਲ ਨੇ ਜਗਾਇਆ ਖਾਬ ਸੇ। ਸੋ ਇਹ ਜਿਹੜੇ ਹੈਗੇ ਇਹ ਉਹਨਾਂ ਦੀ ਸਾਰੀ ਸ਼ਖਸੀਅਤ ਬਾਰੇ ਵਿਚਾਰ ਹੈਗਾ ਜੋ ਆਪਾਂ ਦੇਖਦੇ ਹਾਂ। ਪਰ ਇੱਥੋਂ ਆਪਾਂ ਹੁਣ ਸ਼ੁਰੂ ਇੱਥੋਂ ਕਰੀਏ। ਪਹਿਲੀ ਤਾਂ ਗੱਲ ਮੈਂ ਸਾਰਿਆਂ ਨੂੰ ਇਹ ਗੱਲ ਕਲੀਅਰ ਕਰ ਦੇਵਾਂ ਵੀ ਇਹ ਹਿਸਟੋਰੀਕਲ ਗੱਲ ਹੋਣੀ ਹੈ, ਹਿਸਟਰੀ ਦੀ ਗੱਲ ਹੋਣੀ ਹੈ, ਤਾਰੀਖ ਦੀ ਗੱਲ ਹੋਣੀ ਹੈ, ਰਿਲੀਜੀਅਸ ਐਂਗਲ ਤੋਂ ਨਹੀਂ ਇਹ ਗੱਲ ਹੋਣੀ ਹੈ।
ਇਹ ਹੋਣੇ, ਕਿਉਂਕਿ ਉਹ ਇੱਕ ਹਿਸਟੋਰੀਕਲ ਪਰਸਨ ਵੀ ਸੀਗੇ, ਮੈਥੋਲੋਜੀਕਲ ਨਹੀਂ ਸੀ, ਐਵੇਂ ਦੇਵੀ ਦੇਵਤੇ ਨਹੀਂ ਸੀ ਐਵੇਂ ਹੋਇਆ ਜਾ ਕੇ ਇਤਿਹਾਸ 'ਚ ਹੋਏ ਆ, 500 ਸਾਲ ਦੀ ਤਾਂ ਗੱਲ, 500 ਸਾਲ ਦੀ ਗੱਲ ਆ ਸਾਰੀ। ਇਸ ਕਰਕੇ ਉਹ ਪਰ ਪ੍ਰੋਬਲਮ ਥਿੰਨ ਸਾਹਿਬ ਇਹ ਆ ਵੀ 500 ਸਾਲ ਦੀ ਗੱਲ ਦਾ ਸੱਚ ਲੱਭਣਾ ਵੀ ਬਹੁਤ ਔਖਾ ਆ, ਬਹੁਤ ਔਖਾ ਆ। ਇਸ ਕਰਕੇ ਸਾਡੇ ਲਈ ਮੁਸ਼ਕਲਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਬਹੁਤ ਆ। ਇੱਕ ਮੈਂ ਆ ਹਿਸਟੋਰੀਕਲ ਦੇ ਨਾਲ ਇੱਕ ਗੱਲ ਕਰ ਦਵਾਂ ਵੀ ਦੇਖੋ, ਇੱਕ ਮੈਂ ਸਿੱਖ ਪ੍ਰਚਾਰਕ ਤਾਂ ਹੈ ਨਹੀਂ ਜੀ, ਨਾ ਮੈਂ ਕਥਾਕਾਰ ਹੈ ਜਾ ਕੇ ਜਾਂ, ਪਰ ਇੱਕ ਮੈਂ ਗੱਲ ਇਹ ਕਰ ਦਵਾਂ ਵੀ ਆਪਣੇ BC ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਵੀ ਜਿਹੜੇ ਸਿੱਖ ਗ੍ਰੰਥੀ ਆ ਗੁਰਦੁਆਰਿਆਂ ਦੇ ਵਿੱਚ ਨਾ ਜੀ, ਇਹਨਾਂ ਦੇ ਵਿੱਚੋਂ ਕਈ ਬਹੁਤ ਵਿਦਵਾਨ ਹੈ। ਅੱਛਾ, ਕਈ ਬਹੁਤ ਵਿਦਵਾਨ ਆ, ਔਰ ਰਿਲੀਜਨ ਦੇ ਨਾਲ ਨਾਲ ਇਸ ਇਤਿਹਾਸਕ ਗਿਆਨ ਵੀ ਉਹਨਾਂ ਕੋਲ ਬਹੁਤ ਆ। ਸੋ ਮੇਰੀ ਇਹ ਰਿਕਮੈਂਡ ਆ ਵੀ ਇਹ ਨਹੀਂ ਹੈ ਵੀ ਜੋ ਆਹ ਲੈਕਚਰ ਸੁਣ ਲਿਆ ਉਹਨਾਂ ਕੋਲ ਨਹੀਂ ਹੈ, ਗੁਰਦੁਆਰਿਆਂ ਦੇ ਵਿੱਚੋਂ ਵੀ ਗਿਆਨ ਬਹੁਤ ਮਿਲਦਾ, ਔਰ ਉਹ ਗਿਆਨ ਲੈ ਲੈਣਾ ਚਾਹੀਦਾ। ਗਿਆਨ ਤਾਂ ਤਿੰਨ ਸਾਹਿਬ ਜਿੱਥੋਂ ਵੀ ਮਿਲਦਾ ਲੈ ਲੈਣਾ ਚਾਹੀਦਾ। ਗਿਆਨ ਤਾਂ ਇੱਕ ਇਹੋ ਜਿਹੀ ਚੀਜ਼ ਆ ਵੀ ਇਹਦੇ ਵਿੱਚੋਂ ਕਿਤੋਂ ਇਹ ਨਹੀਂ ਕਰਨਾ ਵੀ ਪ੍ਰੈਜੁਡਿਸ ਨਹੀਂ ਹੋਣਾ ਚਾਹੀਦਾ, ਪਰ ਉਹ ਜਿਹੜਾ ਗਿਆਨ ਆ ਉਹ ਗਿਆਨ ਨੂੰ ਐਕਸੈਪਟ ਉੱਦਾਂ ਹੀ ਕਰਨਾ ਚਾਹੀਦਾ ਜੇ ਤੁਹਾਡਾ ਆਪਣਾ ਲੌਜਿਕ ਉਹ 'ਤੇ ਮੰਨਦਾ ਆ। ਜਿੱਦਾਂ ਹੁਣ ਸਾਡੇ ਲਈ ਮੁਸ਼ਕਲਾਂ ਦੇ ਵਿੱਚ ਆਪਾਂ ਇਹ ਕਹਿ ਦਈਏ ਵੀ ਸਾਨੂੰ ਜਿਹੜੀਆਂ ਹੈਗੀਆਂ ਜਨਮ ਸਾਖੀਆਂ, ਸਾਡੇ ਕੋਲ ਇੱਕ ਸੋਰਸ ਹੈ, ਜਨਮ ਸਾਖੀਆਂ ਦੇ ਵਿੱਚੋਂ ਸਾਨੂੰ ਇਨਫੋਰਮੇਸ਼ਨ ਬਹੁਤ ਮਿਲਦੀ ਹੈ, ਬਹੁਤ ਜਾਣਕਾਰੀ ਮਿਲਦੀ ਹੈ, ਪਰ ਉਹ ਜਨਮ ਸਾਖੀਆਂ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਰੀ ਕਰੈਕਟ ਨਹੀਂ ਹੈ, ਉਹ ਸਾਰੀ ਇਤਿਹਾਸਕ ਨਹੀਂ ਹੈ। ਉਹਦੇ ਵਿੱਚੋਂ ਕਾਫੀ ਸਿੱਖਿਆ ਇਹੋ ਜਿਹੀ ਹੈ ਜਿਹੜੀ ਗੁਰੂ ਸਾਹਿਬ ਦੀ ਸਿੱਖਿਆ ਦੇ ਅਨੁਕੂਲ ਨਹੀਂ ਹੈ, ਉਹਦੇ ਮੁਤਾਬਕ ਉਹ ਮੇਲ ਨਹੀਂ ਖਾਂਦੀ ਹੈ ਜਾ ਕੇ, ਸਗੋਂ ਉਲਟ ਹੈ ਉਹਦੇ। ਗੁਰੂ ਸਾਹਿਬ ਦੱਸ ਕੇ ਗਏ ਆ ਉਹਦੇ ਉਲਟ ਐਸੀਆਂ ਕਹਾਣੀਆਂ ਕ੍ਰੀਏਟ ਕਰ ਲਈਆਂ ਗਈਆਂ ਜਿਨ੍ਹਾਂ ਦੀ ਕੋਈ ਸੈਂਸ ਨਹੀਂ ਬਣਦੀ ਲੌਜੀਕਲੀ, ਤਾਂ ਬਿਲਕੁਲ ਗੁਰੂ ਸਾਹਿਬ ਨੇ ਗੱਲ ਹਮੇਸ਼ਾ ਸੈਂਟੀਫਿਕ ਅਤੇ ਲੌਜਿਕ ਦੀ ਗੱਲ ਕੀਤੀ ਹੈ। ਸੋ ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਆ। ਉਹ ਹੁਣ ਜਿਹੜੀਆਂ ਉਹ ਜਨਮ ਸਾਖੀਆਂ ਦੇ ਵਿੱਚ ਹੈ, ਹੁਣ ਜਿਸ ਵੇਲੇ ਕੋਈ ਜਨਮ ਸਾਖੀ ਦੱਸਦਾ ਤਾਂ ਉਸ ਜਨਮ ਸਾਖੀ ਨੂੰ ਉੱਦਾਂ ਹੀ ਸੱਤ ਬਚਨ ਨਾ ਆਪਾਂ ਕਹਿ ਦਈਏ, ਜੇ ਉਹ ਰੀਅਲ ਮੇਰੇ ਸੱਤ ਲੱਗਦੀ ਆ, ਸਾਡਾ ਦਿਮਾਗ ਕਹਿੰਦਾ ਵੀ ਹੋ ਸਕਦੀ ਹੈ ਗੱਲ, ਤਾਂ ਫਿਰ ਉਹਨੂੰ ਐਕਸੈਪਟ ਕਰ ਲੈਣਾ ਚਾਹੀਦਾ, ਅਦਰਵਾਈਜ਼ ਜਿਹੜਾ ਉਹਨੂੰ ਐਕਸੈਪਟ ਨਹੀਂ ਕਰਨਾ ਚਾਹੀਦਾ। ਹੁਣ ਦੇਖੋ ਮੈਂ ਤੁਹਾਡੇ ਉਹ ਅਗਲੀ ਗੱਲ ਕੀਤੀ ਬਾਅਦ 'ਚ ਤਾਂ ਕਰਾਂਗੇ, ਲੇਟਰ ਕਰਾਂਗੇ, ਪਰ ਪਹਿਲਾਂ ਮੈਂ ਥੋੜ੍ਹੀ ਜਿਹੀ ਗੱਲ ਦੱਸ ਦੂੰ। ਹੁਣ ਜਿਹੜਾ ਧਾਰਮਿਕ ਬੰਦਾ ਹੈ ਜੀ, ਉਹਦੇ ਵਿੱਚ ਉਹ ਕਹਿੰਦਾ ਵੀ ਮਰਦਾਨੇ ਨੇ ਕਿਹਾ ਜੀ ਵੀ ਅਸੀਂ ਜਿਹੜੇ ਹੈਗੇ ਆ, ਮੈਂ ਤਾਂ ਜਿਹੜੀ ਹੈਗੀ ਆ ਮੱਕੇ ਦੀ ਜ਼ਿਆਰਤ ਕਰਨੀ ਆ, ਹਜ ਕਰਨਾ, ਕਿਉਂਕਿ ਮੇਰੇ ਰਿਲੀਜਨ ਦੇ ਵਿੱਚ ਉਹ ਹੈਗਾ ਆ, ਅਤੇ ਮਹਾਰਾਜ ਮੈਨੂੰ ਤੁਸੀਂ ਉਹਦਾ ਜਿਹੜਾ ਹੈਗਾ ਮੱਕੇ ਦਾ ਹਜ ਕਰਾਓ। ਉਹ ਕਹਿੰਦੇ ਓਕੇ। ਉਹ ਕਹਿੰਦਾ ਜੀ ਉਹ ਤਾਂ ਦੂਰ ਬਹੁਤ ਆ ਮੱਕਾ, ਤਾਂ ਆਪਾਂ ਜਾਵਾਂਗੇ ਕਿੱਦਾਂ, ਇੱਥੇ ਤਾਂ ਮੱਕਾ ਬਹੁਤ ਦੂਰ ਆ। ਉਹ ਕਹਿੰਦੇ ਕੋਈ ਨਹੀਂ, ਮਰਦਾਨਿਆਂ ਮੀਟ ਅੱਖਾਂ, ਮਰਦਾਨੇ ਨੇ ਅੱਖਾਂ ਮੀਟ ਲਈਆਂ। ਉਹ ਕਹਿੰਦੇ ਮਰਦਾਨਿਆਂ ਖੋਲ ਅੱਖ, ਮਰਦਾਨਿਆਂ ਨੇ ਅੱਖਾਂ ਖੋਲੀਆਂ ਤੋਂ ਮੱਕੇ ਬੈਠੇ ਸੀਗੇ ਜਾ ਕੇ, ਠੀਕ ਹੈ। ਹੁਣ ਇਹ ਜਿਹੜੀ ਗੱਲ ਆ ਇਹ ਗੁਰੂ ਸਾਹਿਬ ਦੀ ਸਿੱਖਿਆ ਦੇ ਅਨੁਕੂਲ ਨਹੀਂ ਹੈ, ਇਹ ਜਿਹੜੇ ਕਿਉਂਕਿ ਜਿਹੜੇ ਚਮਤਕਾਰ ਆ, ਚਮਤਕਾਰਾਂ ਲਈ ਕੋਈ ਥਾਂ ਨਹੀਂ ਹੈ ਸਿੱਖ ਰਿਲੀਜਨ ਦੇ ਵਿੱਚ ਵੀ ਔਰ ਗੁਰੂ ਸਾਹਿਬ ਦੀ ਟੀਚਿੰਗ ਦੇ ਵਿੱਚ ਵੀ। ਚਮਤਕਾਰ ਤਾਂ ਜਿਹੜੇ ਹੈ ਹੀ ਨਹੀਂ ਜੀ, ਚਮਤਕਾਰਾਂ ਦੀ ਤਾਂ ਗੱਲ ਨਹੀਂ ਹੋਈ ਹੈ ਕਿਤੇ ਵੀ। ਔਰ ਵਿਦ ਆਲ ਫੇਅਰਨੈਸ ਜਿਹੜੇ ਲੋਕ ਨਾ ਜੀ ਗੁਰੂ ਨਾਨਕ ਦੇਵ ਜੀ ਦੇ ਉਪਾਸ਼ਕ ਨੇ, ਉਹਨਾਂ ਦੀ ਜਿਹੜੀ ਖਾਸ ਤੌਰ 'ਤੇ ਸ਼ਰਧਾ ਜਿਹੜੀ ਉਹ ਇੰਨੀ ਅੰਨੀ ਆ। ਹਾਂ, ਐਕਚੁਲੀ ਤਾਂ ਆਪਣੇ ਜਾਣੇ ਉਹ ਗੁਰੂ ਜੀ ਦੀ ਵਡਿਆਈ ਕਰ ਰਹੇ ਹੁੰਦੇ ਆ, ਜਦੋਂ ਉਹਨਾਂ ਦੇ ਚਮਤਕਾਰਾਂ ਬਾਰੇ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਹਾਣੀਆਂ ਘੜ ਕੇ ਦੱਸ ਰਹੇ ਹੁੰਦੇ ਆ। ਦਰਅਸਲ ਉਹ ਡਿਸਰਵਿਸ ਕਰ ਰਹੇ ਆ, ਕਿਉਂਕਿ ਗੁਰੂ ਜੀ ਦਾ ਜਿਹੜਾ ਲੌਜਿਕ ਦਾ ਸੈਂਟੀਫਿਕ ਧਰਮ ਦਾ ਇੱਕ ਫਲਸਫਾ, ਉਸ ਨੂੰ ਉਹ ਝੁਠਲਾ ਰਹੇ ਹੁੰਦੇ। ਬਿਲਕੁਲ ਝੁਠਲਾ ਰਹੇ ਆ, ਉਹ ਜਿਹੜੀ ਹੈਗੀ ਉਹ ਡਿਸਸਰਵਿਸ ਆ। ਬਿਲਕੁਲ ਤੁਸੀਂ ਠੀਕ ਇਹੀ ਗੱਲ, ਉਹ ਡਿਸਸਰਵਿਸ ਆ। ਸੋ ਤਾਂ ਮੈਂ ਇਹ ਕਹਿ ਰਿਹਾ ਜਾ ਕੇ ਵੀ ਜਿਹੜੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਆ ਜਿਹੜੀ ਗੁਰੂ ਸਾਹਿਬ ਦੀ ਸਿੱਖਿਆ ਦੇ ਅਨੁਕੂਲ ਨਹੀਂ ਹੈ, ਉਹਨੂੰ ਆਪਣੇ ਦਿਮਾਗ ਦੇ ਵਿੱਚ ਪਰਖ ਕੇ ਫਿਰ ਉਹਨੂੰ ਐਕਸੈਪਟ ਕਰਨ ਵਾਲੀ ਗੱਲ ਆ। ਨਹੀਂ, ਉਹਨੂੰ ਜਿਹੜੀ ਐਕਸੈਪਟ ਨਹੀਂ ਕਰਨੀ ਚਾਹੀਦੀ, ਕਿਉਂਕਿ ਚਮਤਕਾਰਾਂ ਵਾਲੀ ਜਗ੍ਹਾ ਹੈ ਨਹੀਂ ਜੀ। ਹੁਣ ਦੂਜੇ ਜਿੱਥੇ ਆਪਾਂ ਦੇਖਦੇ ਹੁਣ ਇਤਿਹਾਸਕਾਰ ਦਾ ਤਾਂ ਇੱਥੇ ਕੀ ਫਰਕ ਹੈ, ਹੁਣ ਧਾਰਮਿਕ ਬੰਦਾ ਜਿਹੜਾ ਹੈ ਜੀ ਉਹਨੇ ਕਹਿਣਾ ਮਰਦਾਨਿਆਂ ਮੀਟ ਅੱਖਾਂ ਅਤੇ ਉਹਨਾਂ ਅੱਖਾਂ ਮੀਟ ਲਈਆਂ ਤੋਂ ਮੱਕੇ ਪਹੁੰਚ ਗਏ। ਹੁਣ ਜਿਹੜਾ ਇਤਿਹਾਸਕਾਰ ਹੈ ਉਹ ਨਹੀਂ ਇੱਦਾਂ ਮੰਨਦਾ ਜੀ, ਉਹ ਇਤਿਹਾਸਕਾਰ ਜਿਹੜਾ ਹੈਗਾ ਉਹ ਗੁਰੂ ਸਾਹਿਬ ਦਾ ਰੂਟ ਟਰੇਸ ਕਰੂਗਾ ਵੀ ਗੁਰੂ ਸਾਹਿਬ ਮੱਕੇ ਨੂੰ ਕਿੱਧਰ ਤੋਂ ਗਏ, ਵੀ ਇੱਦਾਂ ਤਾਂ ਗਏ ਨਹੀਂ ਹੈ, ਉੜ ਕੇ ਤਾਂ ਜਾ ਨਹੀਂ ਸਕਦੇ ਹੈ, ਜਾ ਕੇ ਤਾਂ ਚਮਤਕਾਰ ਹੋ ਗਿਆ। ਹੁਣ ਜਿਸ ਵੇਲੇ ਆਪਾਂ ਰੂਟ ਕਰਦੇ ਹਾਂ, ਰੂਟ ਆਪਾਂ ਦੇਖਦੇ ਹਾਂ, ਚਲੋ ਬਾਅਦ 'ਚ ਦੇਖਾਂ, ਮੈਂ ਹੁਣੇ ਦੱਸ ਦਿੰਦਾ ਰੂਟ ਕੀ ਕਰਦੇ ਆ। ਗੁਰੂ ਸਾਹਿਬ ਜਿਸ ਵੇਲੇ ਪੰਜਾਬ ਤੋਂ ਤੁਰ ਕੇ ਉਹ ਜਿਹੜਾ ਆ ਡਾਊਨ ਸਾਊਥ ਵੱਲ ਨੂੰ ਆ ਜਾਂਦੇ ਆ, ਸਿੰਧ ਵੱਲ ਦੇ ਪਾਸੇ ਨੂੰ, ਸਿੰਧ ਤੋਂ ਹੋਰ ਅੱਗੇ ਚਲ ਜਾਂਦੇ ਆ, ਗੁਜਰਾਤ ਵੱਲ ਦੇ ਪਾਸੇ ਨੂੰ ਜਾਂਦੇ ਆ ਜੀ। ਗੁਜਰਾਤ ਤੋਂ ਫਿਰ ਇੱਕ ਬੰਦਰਗਾਹ ਦੇ ਵਿੱਚ ਉਹ ਇੱਕ ਜਹਾਜ਼ ਲੈਂਦੇ ਆ ਜੀ, ਉਹ ਗੁਜਰਾਤ ਜਿਹੜੀ ਗੁਜਰਾਤ ਦੀ ਉਸ ਬੰਦਰਗਾਹ ਤੋਂ ਉਹ ਜਹਾਜ਼ 'ਚ ਲੈ ਕੇ ਫਿਰ ਉਹ ਸਾਰੇ ਕਈ ਹਫ਼ਤੇ ਉਹ ਜਹਾਜ਼ 'ਚ ਟਰੈਵਲ ਕਰਦੇ ਆ, ਸਮੁੰਦਰੀ ਜਹਾਜ਼ ਦੇ ਵਿੱਚ ਟਰੈਵਲ ਕਰਕੇ ਫਿਰ ਉਹ ਜਿਹੜਾ ਅੱਜ ਦਾ ਮੌਜੂਦਾ ਯਮਨ ਆ ਉਹ ਉੱਥੇ ਜਾ ਕੇ ਉਹ ਲੈਂਡ ਕਰ ਜਾਂਦੇ ਆ।
ਉੱਥੋਂ ਫਿਰ ਉਹ ਅਗਾਹ ਤੁਰਦੇ ਆ ਜਾਂ ਊਟ ਦੀ ਸਵਾਰੀ ਕਰਦੇ ਆ ਜਾਂ ਜੋ ਵੀ ਉਸ ਵੇਲੇ ਮੀਨ ਕਮਿਊਨੀਕੇਟ, ਉੱਥੋਂ ਫਿਰ ਉਹ ਮੱਕੇ ਜਾਂਦੇ ਆ ਜੀ, ਮੱਕੇ ਤੋਂ ਫਿਰ ਮਦੀਨੇ ਜਾਂਦੇ ਆ ਜੀ, ਮਦੀਨੇ ਤੋਂ ਹੋਰ ਉੱਪਰ ਫਿਰ ਉਹ ਬਗਦਾਦ ਜਾਂਦੇ ਆ ਜੀ, ਬਗਦਾਦ ਤੋਂ ਕਈ ਤਾਂ ਸੀਰੀਆ ਵੀ ਕਹਿੰਦੇ ਆ, ਚਲੋ ਬਗਦਾਦ ਤੋਂ ਫਿਰ ਐਂ ਮੁੜ ਜਾਂਦੇ ਆ ਸੱਜੇ ਜੀ, ਸੱਜੇ ਮੁੜ ਕੇ ਫਿਰ ਉਹ ਪਰਸ਼ੀਆ 'ਚ ਆ ਵੜਦੇ ਆ ਜੀ। ਪਰਸ਼ੀਆ ਦੇ ਵਿੱਚ ਜਾ ਕੇ ਇੱਧਰ ਤਹਿਰਾਨ 'ਚੋਂ ਹੁੰਦੇ ਹੋਏ ਪਰਸ਼ੀਆ ਦੇ ਆਖਰੀ ਸ਼ਹਿਰ ਮਸ਼ਦ ਵਿੱਚ ਆਉਂਦੇ ਜੀ। ਮਸ਼ਦ ਤੋਂ ਫਿਰ ਜਿਹੜਾ ਅੱਗੇ ਦਾ ਇਲਾਕਾ ਹੈ ਉਹ ਅਫਗਾਨਿਸਤਾਨ ਸ਼ੁਰੂ ਹੋ ਜਾਂਦਾ, ਮਸ਼ਦ ਤੋਂ ਫਿਰ ਹਰਾਤ, ਹਰਾਤ ਤੋਂ ਫਿਰ ਕਾਬਲ, ਕਾਬਲ ਤੋਂ ਬੈਕ ਫਿਰ ਉਹ ਜਿਹੜੇ ਆ ਪੰਜਾਬ ਦੇ ਵਿੱਚ ਆਉਂਦੇ। ਹੁਣ ਇਹ ਹਿਸਟਰੀ ਵਾਲੇ ਨੇ ਰੂਟ ਟਰੇਸ ਕੀਤਾ ਜੀ ਵੀ ਇੱਧਰ ਤੋਂ ਜਾਂਦੇ ਆ, ਪਰ ਇਹਦੇ ਵਿੱਚ ਹੋਰ ਖੋਜ ਵੀ ਹੋ ਸਕਦੀ ਹੈ ਕਿਉਂਕਿ ਹਿਸਟਰੀ ਵਾਲੇ ਨੇ ਖੋਜ ਕਰਨੀ ਹੈ। ਸੋ ਮੇਰਾ ਅੱਜ ਦੇ ਦੱਸਣ ਦਾ ਇਹ ਤਲਕਿਆ ਵੀ ਗੁਰੂ ਸਾਹਿਬ ਦੀ ਸਾਰੀ ਲਾਈਫ ਨੂੰ ਜਿਹੜਾ ਹੈਗਾ ਆ ਉਹ ਦਲੀਲ ਦੇ ਉੱਤੇ ਪਰਖ ਕੇ ਫਿਰ ਮੰਨਣ ਵਾਲੀ ਗੱਲ ਆ, ਉੱਦਾਂ ਮੰਨਣ ਵਾਲੀ ਗੱਲ ਨਹੀਂ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਇੱਕ ਤਾਂ ਹੈ ਬਹੁਤ ਥੋੜ੍ਹੀ। ਥਿੰਨ ਸਾਹਿਬ ਇੱਕ ਮੈਂ ਫਿਰ ਕਹਿ ਦਵਾਂ, ਹਿਸਟਰੀ ਦੇ ਵਿੱਚ ਸੱਚ ਕੱਢਣਾ ਬਹੁਤ ਔਖਾ ਆ ਜੀ ਜੀ। ਜਿੱਦਾਂ ਉਹ ਵਿਲ ਡੂਰੈਂਟ ਨੇ ਇੱਕ ਵਾਰ ਕਿਹਾ, ਵਿਲ ਡੂਰੈਂਟ ਅਮੈਰੀਕਾ ਦੇ ਫਿਲੋਸਫਰ ਹੋਏ ਆ ਔਰ ਹਿਸਟੋਰੀਅਨ ਵੀ ਹੋਏ ਆ, ਤੂੰ ਨਹੀਂ 7 ਕਿਤਾਬਾਂ ਲਿਖੀਆਂ, 7 ਵੋਲੀਅਮ ਲਿਖੇ ਆ ਹਿਸਟਰੀ ਆਫ ਸਿਵਲਾਈਜੇਸ਼ਨ। ਉਹ ਕਹਿੰਦੇ ਹਿਸਟਰੀ ਇਜ਼ 50% ਗੈਸ ਵਰਕ, 50% ਪ੍ਰੈਜੁਡਿਸ ਜੀ ਜੀ। 50% ਤਾਂ ਕਹਿੰਦੇ ਗੈਸਾਂ ਨਾਲ ਕਰੀ ਜਾਂਦੇ ਆ, 50% ਪ੍ਰੈਜੁਡਿਸ ਦਾ ਮਤਲਬ ਕੀ ਆ? ਪ੍ਰੈਜੁਡਿਸ ਦਾ ਮਤਲਬ ਇਹ ਆ ਵੀ ਹੁਣ ਸਾਨੂੰ ਜਿਹੜੀ ਇਨਫੋਰਮੇਸ਼ਨ ਉੱਥੇ ਮਿਲਣੀ ਆ, ਜਿਹੜੀ ਹਿੰਦੂ ਰਿਆਸਤਾਂ ਦੇ ਰੈਕਰਡ ਹੋਣੇ ਆ ਉਹਨੀ ਸਾਨੂੰ ਹੋਰ ਕੁਛ ਦੱਸਣਾ, ਜਿਹੜੇ ਮੁਗਲਾਂ ਦੇ ਸ਼ਾਹੀ ਦਰਬਾਰ ਦੇ ਰੈਕਰਡ ਆ ਉਹਨੀ ਕੁਛ ਹੋਰ ਦੱਸਣਾ ਜਾ ਕੇ, ਉਹ ਉਹਨਾਂ ਦੇ ਪ੍ਰੈਜੁਡਿਸ ਆ। ਉਹਨੀ ਔਰੰਗਜ਼ੇਬ ਨੂੰ ਹੋਰ ਤਰ੍ਹਾਂ ਲਿਖਣਾ, ਉਹਨੀ ਔਰੰਗਜ਼ੇਬ ਨੂੰ ਹੋਰ ਤਰ੍ਹਾਂ ਲਿਖਣਾ। ਬਿਲਕੁਲ। ਹੁਣ ਅੱਜ ਕੱਲ੍ਹ ਵੀ ਇੰਡੀਆ 'ਚ ਔਰੰਗਜ਼ੇਬ ਹੋਰ ਤਰ੍ਹਾਂ ਪੜ੍ਹਾਇਆ ਜਾਂਦਾ, ਪਾਕਿਸਤਾਨ ਦੇ ਵਿੱਚ ਹੋਰ ਤਰ੍ਹਾਂ ਪੜ੍ਹਾਇਆ ਜਾਂਦਾ, ਪਰਸਨ ਸੇਮ ਆ, ਬੰਦਾ ਸੇਮ ਆ ਜੀ ਉਹ। ਭਗਤ ਸਿੰਘ ਬਾਰੇ ਵੀ ਇਸੇ ਤਰ੍ਹਾਂ ਇਹ ਕੰਮ ਚੱਲਦਾ ਜਾ ਕੇ ਜੀ। ਸੋ ਇਹ ਜਿਹੜਾ ਹੈਗਾ ਹਿਸਟਰੀ ਦੇ ਵਿੱਚ ਸੱਚ ਕੱਢਣਾ ਜਿਹੜਾ ਹੈਗਾ ਬਹੁਤ ਔਖਾ। ਕਈ ਵਾਰ ਤਾਂ ਸਿੰਘ ਸਾਹਿਬ ਮੈਂ ਸੋਚਦਾ ਹੁੰਦਾ ਆਹ ਮੌਜੂਦਾ ਸੱਚ ਦਾ ਨਹੀਂ ਪਤਾ ਲੱਗਦਾ, ਕੋਰਟਾਂ ਭਰੀਆਂ ਪਈਆਂ ਇਹ ਦੇਖਣ ਦੇ ਲਈ ਵੀ ਕੀ ਸੱਚ ਆ ਕੀ ਝੂਠ ਆ, ਉਹ ਪਤਾ ਨਹੀਂ ਲੱਗਦਾ ਹੈਗਾ। ਤਾਂ ਹਿਸਟਰੀ ਦਾ ਸੱਚ ਜਿਹੜਾ ਹੈਗਾ ਉਹਨੂੰ ਤਾਂ ਬਹੁਤ ਔਖਾ ਹੈ ਕਰਨਾ ਜਾ ਕੇ। ਸੋ ਆਪਾਂ ਸ਼ੁਰੂ ਕਰੀਏ ਜੀ ਪਹਿਲਾਂ ਉਹਨਾਂ ਦੀ ਜਿਹੜੀ ਮੁੱਢਲੀ ਜ਼ਿੰਦਗੀ ਤੋਂ। ਮੁੱਢਲੀ ਜਿਨ ਤੋਂ ਆਪਾਂ ਸ਼ੁਰੂ ਕਰਦੇ ਹਾਂ ਜੀ, ਪਰ ਫਿਰ ਮੈਂ ਫਿਰ ਉਹ ਦੱਸ ਦੇਵਾਂ ਵੀ ਇਹ ਜਿਹੜੇ ਹੈਗੇ ਆ ਰਿਕਾਰਡ ਜਿਹੜੇ ਹੈਗੇ ਆ ਸਾਰੇ ਜਿਹੜੇ ਹੈਗੇ ਆ ਪਾਰਸ਼ਲ ਰਿਕਾਰਡ ਆ, ਇਹਨਾਂ 'ਤੇ ਆਪਾਂ ਡਿਪੈਂਡ ਕਰਨਾ ਜਿਹੜਾ ਹੈਗਾ ਸਾਡੇ ਲਈ ਬੜਾ ਮੁਸ਼ਕਲ ਆ। ਹੁਣ ਆਪਾਂ ਜੇ ਤੁਸੀਂ ਕਹਿੰਦੇ ਹਾਂ ਵੀ ਸ਼ੁਰੂ ਕਰ ਲਈਏ, ਪਰ ਮੈਂ ਅਜੇ ਥੋੜ੍ਹਾ ਹੋਰ ਕਰਨਾ ਸੀ, ਪਰ ਚਲੋ ਹਾਂਜੀ ਉਹ ਕਰ ਲੈਂਦੇ ਹਾਂ ਜਾ ਕੇ। ਜਿਹੜਾ ਹੈਗਾ ਆ ਸਾਡੇ ਲਈ ਜਿਹੜੀ ਚੰਗੀ ਗੱਲ ਹੈਗੀ ਹੈ ਨਾ, ਚੰਗੀ ਗੱਲ ਸਾਡੇ ਕੋਲ ਹੈਗੀ ਆ ਵੀ ਸਾਡੇ ਕੋਲ ਇੱਕ ਇਹੋ ਜਿਹਾ ਸੋਰਸ ਹੈਗਾ ਆ ਜਿਹੜਾ ਸਾਡੇ ਕੋਲ 100% ਸੱਚ ਆ, ਉਹ ਸੋਰਸ ਉਹ ਇੱਧਰ ਉੱਧਰ ਨਹੀਂ ਹੈ, ਉਹ ਹੈਗਾ ਗੁਰੂ ਗ੍ਰੰਥ ਸਾਹਿਬ ਜੀ। ਬਿਲਕੁਲ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਓਰਿਜਨਲ ਫੋਰਮ ਦੇ ਵਿੱਚ ਸਾਡੇ ਕੋਲ ਹੈਗੇ ਜੀ, ਉਹਦੇ 'ਤੇ ਅਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ। ਇਸ ਕਰਕੇ ਉਹਦੇ ਵਿੱਚੋਂ ਜਿਹੜੀ ਸਾਨੂੰ ਜਾਣਕਾਰੀ ਮਿਲਣੀ ਆ, ਇਤਿਹਾਸਕ ਜਾਣਕਾਰੀ, ਚਾਹੇ ਉਹ ਬਾਬਰ ਦੇ ਹਮਲੇ ਦੀ ਕੁਛ ਹਵਾਲੇ ਆਉਂਦੇ ਬਾਰ ਬਾਰ, ਬਾਬਰ ਦੇ ਹਮਲੇ ਦੀ ਜਾਣਕਾਰੀ ਆ, ਚਾਹੇ ਉੱਥੇ ਦੇ ਉਸ ਵੇਲੇ ਦੇ ਰਾਜ ਪ੍ਰਬੰਧ ਬਾਰੇ ਜਾਣਕਾਰੀ ਹੈ, ਉਸ ਵੇਲੇ ਦੀ ਜਿਹੜੀ ਉਹ ਜਾਣਕਾਰੀ ਆ ਉਹ ਸਾਡੇ ਕੋਲ ਪੱਕੀ ਹੈਗੀ ਆ, ਅਸੀਂ ਉਹਦੇ ਆਧਾਰ ਦੇ ਉੱਤੇ ਓਪੀਨੀਅਨ ਫੋਰਮ ਕਰ ਸਕਦੇ ਹਾਂ ਉਸ ਵੇਲੇ ਜਿਹੜੀ ਹੈਗੀ ਆ। ਅੱਛਾ, ਹੁਣ ਆਪਾਂ ਆ ਜਾਈਏ ਜੀ ਵੀ ਸਾਡੇ ਕੋਲ ਸੋਰਸ ਕਿਉਂ ਨਹੀਂ ਹੈ ਉਸ ਵੇਲੇ ਦੀ, ਸਾਡੇ ਕੋਲ ਜਾਣਕਾਰੀ ਉਸ ਸਮੇਂ ਦੇ ਕਿਉਂ ਘੱਟ ਮਿਲਦੀ ਹੈ? ਉਹ ਸਾਨੂੰ ਇਸ ਕਰਕੇ ਘੱਟ ਮਿਲਦੀ ਆ, ਪਹਿਲਾ ਕਾਰਨ ਉਹਦਾ ਜਿਹੜਾ ਹੈਗਾ, ਪਹਿਲਾ ਕਾਰਨ ਇਹ ਆ ਵੀ ਜਿਹੜਾ ਪੰਜਾਬ ਆ, ਪੰਜਾਬ ਜਿੰਨੇ ਹਮਲਾਵਰ ਹੋਏ ਆ ਉਹ ਸਾਰੇ ਪਹਿਲਾਂ ਇੱਥੇ ਆ ਕੇ ਹਮਲੇ ਹੋਏ ਆ। ਕਿਉਂ ਹਮਲੇ ਹੋਏ ਆ? ਕਿਉਂਕਿ ਉਹ ਖੈਬਰ ਪਾਸ ਦੇ ਮੋਹਰੇ ਆਉਂਦਾ, ਅੱਗੇ ਆਉਂਦਾ ਸਾਰਿਆਂ ਤੋਂ ਜਾ ਕੇ। ਹੁਣ ਜਿੰਨੇ ਹਮਲਾਵਰ ਆਏ ਆ ਤਕਰੀਬਨ ਸਾਰੇ ਦਰਾ ਖੈਬਰ ਦੇ ਰਾਹੀਂ, ਤਕਰੀਬਨ ਦਰੇ 3-4 ਹੋਰ ਵੀ ਅਟੋਚੀ ਆ, ਬੁਲਾਨ ਆ ਦੂਜੇ ਪਾਸੇ, ਪਰ ਇਹ ਜ਼ਿਆਦਾ ਇੱਧਰੋਂ ਆਏ ਆ, ਖੈਬਰ 'ਚ ਆਏ, ਖੈਬਰ ਤੋਂ ਆਏ ਆ ਜੀ। ਹੁਣ ਖੈਬਰ ਦਾ ਜਿਹੜਾ ਹੈਗਾ ਜੀ ਉਹਨੂੰ ਆਪਾਂ ਸਫੈਦ ਕੋਹ ਕਹਿੰਦੇ ਹਾਂ, ਉਸ ਮਾਊਂਟੇਨ ਦੀ ਰੇਂਜ ਨੂੰ ਮੈਂ ਥੋੜ੍ਹੀ ਜਿਹੀ ਮਾਊਂਟੇਨ ਦੀ ਰੇਂਜ ਸਮਝਾ ਦਿਉਂ। ਪਹਿਲੀ ਹੈਗੀ ਆ ਉਹ ਸਫੈਦ ਕੋਹ ਆ, ਉਹ ਨਾਲ ਹੀ ਜਿਹੜਾ ਜੁੜਿਆ ਹੈਗਾ ਉਹ ਹੈਗਾ ਹਿੰਦੂ ਕੁਛ ਨਾਲ ਜੁੜਿਆ ਆ, ਹਿੰਦੂ ਕੁਛ ਤੋਂ ਅੱਗੇ ਪਾਮੀਰ ਦੀਆਂ ਪਹਾੜੀਆਂ ਆ ਜਾਂਦੀਆਂ। ਇਹ ਸਾਰੇ ਜਿਹੜੇ ਆਉਂਦੇ ਆ ਅਲੈਗਜ਼ੈਂਡਰ ਤੋਂ ਲੈ ਕੇ, ਅਲੈਗਜ਼ੈਂਡਰ ਤੋਂ ਵੀ ਛੱਡੋ ਤੁਸੀਂ, ਇਹ ਤੋਂ ਵੀ ਪਿੱਛੇ ਜਾਓ ਤੁਸੀਂ, ਈਵਨ ਆਰੀਅਨ ਜਿਹੜੇ ਆ ਉਹ ਵੀ ਇਹਦੇ ਤੋਂ ਆਏ ਆ। ਅੱਛਾ, ਆਰੀਅਨ ਵੀ ਇੱਥੋਂ ਹੀ ਨਿਕਲ ਗਏ, ਆਰੀਅਨ ਕਈ 100 ਸਾਲ ਆਉਂਦੇ ਰਹੇ ਆ, ਜਿਹੜੇ ਆਪਾਂ ਸਾਰੇ ਆਰੀਅਨ ਕਹਾਉਂਦੇ ਹਾਂ ਆਪਾਂ, ਉਹ ਆਉਂਦੇ ਰਹੇ। ਉਹ ਉਹਨਾਂ ਦੀ ਵੀ ਜਿਹੜੀ ਸੈਟਲਮੈਂਟ ਹੋਈ ਸੀ ਉਹ ਪਹਿਲਾਂ ਪੰਜਾਬ 'ਚ ਹੋਈ ਹੈ, ਪਹਿਲਾਂ ਪੰਜਾਬ ਦੇ ਵਿੱਚ ਆਰੀਅਨ ਸੈਟਲ ਹੋਇਆ। ਆਰੀਅਨ 3 ਕਿਸਮ ਦੇ ਲੋਕ ਆਏ ਆ ਸਾਡੇ ਕੋਲ, ਇੱਕ ਤਾਂ ਪਸ਼ੂ ਪਾਲਣ ਵਾਲੇ ਆਏ ਆ, ਇੱਕ ਹੰਟਰੇ ਆਏ ਆ, ਇੱਕ ਖੇਤੀ ਕਰਨ ਵਾਲੇ ਆਏ, ਅਤੇ ਉਹ ਆਰੀਅਨ ਉੱਥੇ ਸੈਟਲ ਹੋਏ। ਉਹ ਤੋਂ ਬਾਅਦ ਹਮਲਾਵਰ ਸੈਟਲ ਹੋਏ, ਫਿਰ ਅਲੈਗਜ਼ੈਂਡਰ ਦਾ ਹੋਇਆ, ਸ਼ੱਕ ਹੋਇਆ, ਕੁਸ਼ਾਨ ਹੋਇਆ, ਦੂਜੇ ਹੋਏ, ਗੌਰੀ ਹੋਇਆ, ਮੁਹੰਮਦ ਗਜ਼ਨਵੀ ਹੋਇਆ, ਮੁਸਲਮਾਨ ਸਾਰੇ ਉੱਥੇ ਹੋਏ।
ਸੋ ਹਰ ਵਾਰ ਜਦ ਹਮਲਾਵਰ ਹੁੰਦਾ ਸੀ ਪਹਿਲਾਂ ਲੜਾਈਆਂ ਜਿਹੜੀਆਂ ਪੰਜਾਬ 'ਚ ਹੁੰਦੀਆਂ ਸੀ। ਸੋ ਪੰਜਾਬ ਦੇ ਵਿੱਚ ਜਿਵੇਂ ਆਪਣੇ ਇੱਕ ਐਲਬਰੂਨੀ ਹੋਏ ਆ ਜੀ, ਐਲਬਰੂਨੀ ਮਹਿਮੂਦ ਗਜ਼ਨੀ ਦੇ ਨਾਲ ਆਏ ਸੀਗੇ। ਮਹਿਮੂਦ ਗਜ਼ਨੀ ਨੇ 1000 ਕੁਛ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਉੱਤੇ 17 ਹਮਲੇ ਕੀਤੇ। ਹੁਣ ਸੋਮਨਾਥ ਦੇ ਮੰਦਰ ਦੀ ਆਪਾਂ ਇੱਕ ਵਾਰ ਗੱਲ ਕੀਤੀ ਸੀ, ਉਹ ਵੀ ਉਨੀ 17 ਹੀ ਹਮਲੇ ਉਹ ਜਿੱਤੇ ਆ ਜੀ, ਅਤੇ ਐਲਬਰੂਨੀ ਉਹਦੇ ਨਾਲ ਆਏ ਸੀ। ਐਲਬਰੂਨੀ ਮਹਾਨ ਸਾਇੰਟਿਸਟ ਸੀਗੇ ਜੀ, ਫਿਜ਼ੀਸ਼ੀਅਨ ਸੀਗੇ, ਐਸਟ੍ਰੋਨੋਮਰ ਸੀਗੇ, ਮੈਥੇਮੈਟੀਸ਼ੀਅਨ ਸੀਗੇ, ਫਿਲੋਸਫਰ ਸੀਗੇ ਔਰ ਹਿਸਟੋਰੀਅਨ ਸੀਗੇ। ਇੰਨੀਆਂ ਸਿਫਤਾਂ ਸੀ ਇਸ ਬੰਦੇ ਦੇ ਵਿੱਚ। ਸੋ ਐਲਬਰੂਨੀ ਨੇ ਇੱਕ ਗੱਲ ਕਹੀ ਆ, ਉਹ ਕਹਿੰਦੇ ਜਿਹੜੇ ਪੰਜਾਬੀ ਲੋਕ ਆ ਇਹ ਇਤਿਹਾਸ ਬਣਾ ਸਕਦੇ ਆ, ਲਿਖ ਨਹੀਂ ਸਕਦੇ, ਇਹ ਲਿਖਦੇ ਨਹੀਂ ਹੈ। ਉਹ ਕਹਿੰਦਾ ਇਹਨਾਂ ਦੇ ਨਾਲ ਜੇ ਤੁਸੀਂ ਇਤਿਹਾਸ ਦੀ ਗੱਲ ਕਰੋ ਨਾ ਤਾਂ ਕਹਾਣੀਆਂ ਸੁਣਾਉਣ ਲੱਗ ਪੈਂਦੇ ਆ ਮੂਹਰਿਓਂ, ਉਹਨਾਂ ਆਪਣੇ ਤਜਰਬੇ ਲਿਖੇ ਆ ਮੂਹਰਿਓਂ, ਕਹਾਣੀਆਂ ਦੀ ਗੱਲ ਕਰਨ ਲੱਗ ਪੈਂਦੇ ਵੀ ਇੱਦਾਂ ਹੋਏ, ਇਤਿਹਾਸ ਦੀ ਗੱਲ ਨਹੀਂ ਕਰਦੇ। ਸੋ ਇਹ ਇਤਿਹਾਸ ਸਿਰਜ ਲੈਂਦੇ ਆ ਕਹਿੰਦਾ, ਪਰ ਲਿਖਦੇ ਨਹੀਂ ਹੈ ਜਾ ਕੇ। ਕਿਆ ਬਾਤ ਹੈ, ਇਹ ਮੁਸ਼ਕਲ ਪੇਸ਼ ਆਉਂਦੀ ਹੈ। ਪਰ ਸਾਹਿਬ ਤੁਸੀਂ ਦੱਸ ਰਹੇ ਸੀ ਕਿ ਉਸ ਸਮੇਂ ਕੀ ਵਾਪਰਿਆ ਅਤੇ ਉਹਨਾਂ ਦੇ ਰੂਟ ਦੀ ਗੱਲ ਕਰ ਰਹੇ ਸੀ, ਉਦਾਸੀਆਂ ਤੁਸੀਂ ਸਮਝ ਲਓ ਜਾਂ ਜਿਹੜੀਆਂ ਡਿਸਕਸ਼ਨਸ ਉਹਨਾਂ ਦੀਆਂ ਹੋਈਆਂ ਨੇ, ਖਾਸ ਤੌਰ 'ਤੇ ਜਿਹੜਾ ਉਹਨਾਂ ਨੇ ਟਰੈਵਲ ਕੀਤਾ, ਹੌਲੀ ਹੌਲੀ ਆਵਾਂਗੇ ਉੱਤੇ। ਹਾਂਜੀ, ਉਹ ਬਾਕਾਇਦਾ ਤੌਰ ਦੇ ਉੱਤੇ ਇੱਕ ਰੂਟ ਆ ਉਸਦਾ, ਇਹ ਨਹੀਂ ਕਿ ਉਹ ਕਾਰਪੇਟ 'ਤੇ ਬੈਠੇ ਅੱਖਾਂ ਵਿੱਚ ਵਰਦਾਨਿਆਂ ਅਤੇ ਉੱਥੇ ਪਹੁੰਚ ਗਏ। ਹਾਂਜੀ, ਸਰ ਮੈਨੂੰ ਹੁਣ ਯਾਦ ਆ ਪਿਛਲੇ ਸਾਲ ਦੀ ਗੱਲ ਆ, ਮੈਂ ਆਪਣੇ ਨਿਰਮਲ, ਮੇਰੀ ਵਾਈਫ ਦਾ ਨਾਮ ਨਿਰਮਲ ਹੈ, ਮੈਂ ਉਹਨੂੰ ਬੈਠੀ, ਮੈਂ ਕਿਹਾ ਜੇ ਮੈਂ ਹੁਣ ਐਮਏ ਨੂੰ ਪੜ੍ਹਾਵਾਂ ਹੁਣ ਅੱਗੇ ਨਾਲੋਂ ਵਧੀਆ ਪੜ੍ਹਾਊਂਗਾ। ਅੱਛਾ, ਉਹ ਕੱਲ੍ਹ ਉਹ ਮੈਨੂੰ ਕਹਿੰਦੀ ਹੁਣ ਪੜ੍ਹਾ ਲਓ ਜੀ, ਕੱਲ੍ਹ ਪੜ੍ਹਾ ਲਓ, ਕਹਿੰਦੀ ਹੁਣ ਤੁਸੀਂ ਜਾਣਾ ਹੀ ਆ ਉੱਥੇ। ਅਤੇ ਮੈਂ ਕਿਹਾ ਵੀ ਉਹ ਐਮਏ ਦੇ ਵਿੱਚ ਤਾਂ ਉਹ 10-15 ਸਟੂਡੈਂਟ ਬੈਠੇ ਹੁੰਦੇ ਸੀ, ਹੁਣ ਤਾਂ ਸੁਣਨ ਵਾਲੇ ਪਤਾ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਹੋਣੇ ਆ ਜਾ ਕੇ। ਸੋ ਇਸ ਗੱਲ ਕਰਕੇ ਇੱਕ ਮੈਂ ਇਹ ਜ਼ਰੂਰ ਰੱਖਿਆ ਵੀ ਆਪਾਂ ਆਹ ਜਿਹੜੀ ਅਟੋਕ ਹੈ ਨਾ, ਇਹਦਾ ਸਟੈਂਡਰਡ ਆਪਾਂ ਹੋਰ ਐਲੀਮੈਂਟਰੀ ਸਕੂਲ ਵਾਲਾ ਨਹੀਂ ਰੱਖਿਆ, ਇਹਦਾ ਸਟੈਂਡਰਡ ਮੈਂ ਉਹ ਆਪਣਾ ਰੱਖਿਆ ਵੀ ਜਿਹੜਾ ਆਪਣੇ ਸੁਣਨ ਵਾਲੇ ਬਹੁਤ ਮੈਚਿਓਰ ਆ ਔਰ ਉਹਨਾਂ ਨੂੰ ਪਤਾ ਆ, ਔਲਰੇਡੀ ਉਹ ਜਾਣਦੇ ਆ, ਉਹਨਾਂ ਦੇ ਸਟੈਂਡਰਡ ਮੈਂ ਤਕਰੀਬਨ ਐਮਏ ਵਾਲੇ ਸਟੈਂਡਰਡ ਆ ਉਹਨਾਂ ਦਾ ਰੱਖਿਆ। ਜਿਹੜੀ ਆਪਾਂ ਗੱਲਬਾਤ ਕਰਦੇ ਹਾਂ ਨਾ, ਇਹ ਇੰਨੇ ਹੀ ਨਹੀਂ ਹੈ ਵੀ ਬਿਲਕੁਲ ਇਹ ਬੱਚਿਆਂ ਦੇ ਲਈ ਹੈ, ਇਹ ਮੈਚਿਓਰਡ ਬੰਦੇ ਜਿਹੜੇ ਗੁਰੂ ਸਾਹਿਬ ਦੀ ਸਿੱਖਿਆ ਦੇ ਵਿੱਚ ਔਰ ਉਹਨਾਂ ਦੀ ਜ਼ਿੰਦਗੀ ਦੇ, ਉਹਨਾਂ ਦੀ ਹਿਸਟਰੀ ਵਿੱਚ ਇੰਟਰਸਟਡ ਹੈ ਚੰਗੀ ਤਰ੍ਹਾਂ ਔਰ ਔਲਰੇਡੀ ਪਹਿਲਾਂ ਜਾਣਦੇ ਆ ਬਿਲਕੁਲ, ਅਤੇ ਉਹਨਾਂ ਬਾਰੇ ਆਪਾਂ ਗੱਲ, ਹੁਣ ਪੰਜਾਬ ਦੀ ਗੱਲ ਆਪਾਂ ਕਰ ਰਹੇ ਸੀ, ਹੁਣ ਪੰਜਾਬ ਥਨ ਸਾਹਿਬ ਇਹਦੇ ਬਾਰੇ ਮੈਂ ਇੱਕ ਜਾਣਕਾਰੀ ਇੱਦਾਂ ਦੇਣੀ ਚਾਹੁੰਦਾ। ਦੇਖੋ ਪੰਜਾਬ ਦੇ ਉਸ ਪਾਸੇ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਵੀ ਉਹ ਜਿਹੜਾ ਸਫੈਦ ਕੋਹ ਜਾਂ ਦੂਜਾ ਪਰਬਤ ਹਿੰਦੂ ਕੁਛ ਤਾਂ ਉਹ ਤੋਂ ਅੱਗੇ ਆ, ਇੱਧਰਲੇ ਪਾਸੇ 'ਤੇ ਹਿਮਾਲਿਆ ਆਇਆ। ਹੁਣ ਇੱਧਰੋਂ ਜਿਹੜਾ ਨੌਰਥ ਵੱਲ ਦਾ ਪਾਸਾ ਆ, ਨੌਰਥ ਵੱਲ ਦੇ ਪਾਸਿਓਂ ਕਦੇ ਕੋਈ ਹਮਲਾਵਰ ਨਹੀਂ ਪੰਜਾਬ 'ਤੇ ਆਇਆ, ਕਿਉਂਕਿ ਉਹ ਪਹਾੜ ਇੰਨੇ ਉੱਚੇ ਆ ਵੀ ਉਹਨਾਂ ਦੇ ਉੱਪਰ ਤੋਂ ਲੰਘ ਕੇ ਉਹਨਾਂ ਦੇ ਵਿੱਚ ਦਰਾ ਹੈ ਨਹੀਂ ਕੋਈ ਵੀ, ਕੋਈ ਹਮਲਾਵਰ ਨਹੀਂ ਆਇਆ। ਔਰ ਇਹ ਤੋਂ ਬਿਨਾਂ ਇੱਕ ਬੜਾ ਕਾਰਨ ਉਹਦਾ ਇਹ ਆ ਵੀ ਜੇ ਇਹ ਹਿਮਾਲਾਇਜ਼ ਇੱਧਰ ਨਾ ਹੁੰਦਾ ਨਾ ਤਾਂ ਪੰਜਾਬ ਦੇ ਵਿੱਚ ਇੰਨੀਆਂ ਠੰਡੀਆਂ ਹਵਾਵਾਂ ਆਉਣੀਆਂ ਸੀਗੀਆਂ ਵੀ ਇਹਦਾ ਸਾਰਾ ਹੀ ਜਿਹੜਾ ਵੈਦਰ ਆ ਉਹ ਸਾਰਾ ਹੀ ਬਦਲ ਜਾਣਾ ਸੀ, ਕਲਾਈਮੇਟ ਹੀ ਹੋਰ ਹੋ ਜਾਣੀ ਸੀ ਇਹ ਪੰਜਾਬ ਦੀ ਜੇ ਉਹ ਨਾ ਹੁੰਦਾ। ਸੋ ਉਹ ਜਿਹੜਾ ਬੜਾ ਹਿਮਾਲਾਇਆ ਉਹ ਪੰਜਾਬ ਨੂੰ ਇਕੱਲਾ ਮਿਲਟਰੀ ਤੌਰ 'ਤੇ ਸੁਰੱਖਿਅਤ ਨਹੀਂ ਉਹਨੇ ਕੀਤਾ, ਹੁਣ ਪੰਜਾਬ ਨੂੰ ਵੈਦਰ ਵਾਈਜ਼ ਵੀ ਬੜਾ ਸੁਰੱਖਿਅਤ ਕੀਤਾ ਵੀ ਟੈਂਪਰੇਚਰ ਇਹਦੀ ਠੀਕ ਰਹੀ ਆ ਪੰਜਾਬ ਦੀ। ਹੁਣ ਜਿਸ ਵੇਲੇ ਇਹਦਾ ਦਰੇ ਦੇ ਵਿੱਚੋਂ ਆਉਂਦੇ ਆ ਇਹ ਸਾਰੇ ਜਿਹੜੇ ਆ ਹਮਲਾਵਰ ਜਿਹੜੇ ਆ ਧਾੜਵੀ ਸਾਰੇ ਇੱਥੇ ਆਉਂਦੇ ਆ, ਇੱਥੇ ਜਿਸ ਵੇਲੇ ਪਹਿਲਾਂ ਆਉਂਦੇ ਵੇਦਾਂ ਦੇ ਟਾਈਮ ਦੇ ਵਿੱਚ ਨਾ, ਵੇਦ ਵੀ ਇੱਥੇ ਹੀ ਰਚੇ ਗਏ ਆ ਪੰਜਾਬ ਦੀ ਧਰਤੀ ਦੇ ਉੱਤੇ ਹੀ ਵੇਦ ਰਚੇ ਗਏ ਆ। ਸੋ ਵੇਦਾਂ ਦੇ ਜਿਸ ਵੇਲੇ ਰਚੇ ਉਸ ਵੇਲੇ ਇਹਨੂੰ ਪੰਜਾਬ ਨਹੀਂ ਸੀ ਕਿਹਾ ਜਾਂਦਾ ਜੀ, ਸਪਤ ਸਿੰਧੂ ਕਿਹਾ ਜਾਂਦਾ ਸੀ। ਸਪਤ ਸਿੰਧੂ ਕਿਹਾ ਜਾਂਦਾ ਸੀ ਅਤੇ ਇਹਦੇ ਵਿੱਚ ਉਸ ਵੇਲੇ 7 ਦਰਿਆ ਵਗਦੇ ਸੀ, 7 ਦਰਿਆ ਦਾ ਇੱਕ ਤਾਂ 6 ਤਾਂ ਹੁਣ ਵੀ ਆ ਕਿਉਂਕਿ ਸਿੰਧ ਹੈਗਾ ਵਿੱਚ ਉੱਧਰ, ਤਾਂ ਇੱਕ ਹੁੰਦਾ ਸੀ ਸਰਸਵਤੀ ਦਰਿਆ ਜਿਹੜਾ ਕਿ ਸੁੱਕ ਗਿਆ, ਹੁਣ ਉਹ ਹੁਣ ਹੈ ਨਹੀਂ, ਉਹ ਉਸ ਵੇਲੇ ਹੁੰਦਾ ਸੀ ਜਿਸ ਵੇਲੇ ਵੇਦਾਂ ਦੇ ਟਾਈਮ ਦੇ ਵਿੱਚ, ਉਸ ਵੇਲੇ ਇਹਦਾ ਨਾਂ ਸਪਤ ਸਿੰਧੂ ਸੀ ਵੀ 7 ਦਰਿਆਵਾਂ ਦੀ ਧਰਤੀ। ਪਰ ਪੰਜਾਬ ਦੀਆਂ ਹੱਦਾਂ ਬਹੁਤ ਬਦਲਦੀਆਂ ਗਈਆਂ, ਕਦੇ ਪੰਜਾਬ ਕਿਸੇ ਦਾ ਹਿੱਸਾ ਬਣ ਗਿਆ, ਕਦੇ ਕਿੱਧਰੋਂ ਹੋ ਗਿਆ, ਕਿਉਂਕਿ ਉਸ ਵੇਲੇ ਇੱਦਾਂ ਤਾਂ ਹੈ ਨਾ ਸੀ ਵੀ ਗੌਰਮੈਂਟਾਂ ਇੱਦਾਂ ਵਜੂਦ ਦੇ ਵਿੱਚ ਸੀਗੀਆਂ, ਜਿਹੜਾ ਜਿੱਤ ਕੇ ਲੈ ਗਿਆ ਉਹਨੇ ਆਪਣਾ ਕਰ ਲਿਆ। ਸੋ ਸਪਤ ਸਿੰਧੂ ਤੋਂ ਬਾਅਦ ਜਿਸ ਵੇਲੇ ਇਹ ਬਣਿਆ, ਆਰੀਅਨਸ ਲੋਕ ਇੱਥੇ ਆ ਗਏ ਤਾਂ ਸਪਤ ਸਿੰਧੂ ਇਹ ਹੋਇਆ ਬਣਿਆ, ਅਤੇ ਉਹ ਤੋਂ ਬਾਅਦ ਫਿਰ ਅਲੈਗਜ਼ੈਂਡਰ ਆਇਆ, ਅਲੈਗਜ਼ੈਂਡਰ ਤੋਂ ਬਾਅਦ ਹੋਰ ਇੱਦਾਂ ਗ੍ਰੀਕ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ, ਅਤੇ ਉੱਥੋਂ ਬਾਅਦ ਫਿਰ ਜ਼ਿਆਦਾ ਬਹੁਤ ਪਿੱਛੇ ਨਾ ਜਾਂਦੇ ਹੋਏ ਸ਼ੱਕ ਕੁਸ਼ਾਨ ਤੋਂ ਗਾਹਾਂ ਆ ਕੇ ਪਹਿਲਾਂ ਜਿਸ ਵੇਲੇ ਆਉਂਦੇ ਆ ਉਹ ਫਿਰ ਮਹਿਮੂਦ ਗਜ਼ਨ ਵੀ ਆਉਂਦਾ, ਜਿਹਦੀ ਆਪਾਂ ਹੁਣੇ ਪਹਿਲਾਂ ਵੀ ਰੈਫਰੈਂਸ ਦੇ ਚੁੱਕੇ ਹਾਂ ਮਹਿਮੂਦ ਗਜ਼ਨ। ਉਹ ਮਹਿਮੂਦ ਗਜ਼ਨ ਵੀ ਜਿਹੜਾ ਹੈਗਾ ਉਹ ਪੰਜਾਬ 'ਤੇ ਹਮਲੇ ਵੀ ਕਰਦਾ, ਦੂਜੇ ਪਾਸਿਓਂ ਗੁਜਰਾਤ ਵੱਲੋਂ ਵੀ ਕਰਦਾ ਉਹ।
ਉਹ ਆਉਂਦਾ ਜੀ 100 ਕੁਛ ਦੇ ਵਿੱਚ, 100 ਕੁਛ ਦੇ ਵਿੱਚ। ਫਿਰ ਅਗਲੇ 100-200 ਸਾਲ ਪੰਜਾਬ ਦੇ ਵਿੱਚ ਕੁਛ ਨਹੀਂ ਹੁੰਦਾ, ਉੱਦਾਂ ਦੇ ਉਹ ਰਾਜ ਚੱਲਦੇ ਰਹਿੰਦੇ ਜਿੱਦਾਂ ਪਹਿਲੇ। ਫਿਰ ਆ ਕੇ ਜਿਹੜਾ ਰਾਜ ਆਉਂਦਾ ਉਹ ਹੈਗਾ ਜੀ ਗੌਰੀ ਖਾਨਦਾਨ, ਮੁਹੰਮਦ ਗੌਰੀ ਆਉਂਦਾ। ਮੁਹੰਮਦ ਗੌਰੀ ਜਿਹੜਾ ਹੈਗਾ ਉਹ 1200 ਕੁਛ ਤੋਂ ਲੈ ਕੇ ਅੱਗੇ ਚੱਲਦਾ, 1204 ਦੇ ਵਿੱਚ ਸ਼ਾਇਦ ਉਹ ਖਾਨਦਾਨ ਗੁਲਾਮਾਂ ਦੀ ਨੀਂਹ ਰੱਖਦਾ, ਸਲੇਵ ਡਾਇਨੈਸਟੀ। ਉਹੀ ਫਿਰ ਪੰਜਾਬ ਉਸ ਵੇਲੇ ਦਿੱਲੀ ਦਾ ਹਿੱਸਾ ਬਣਦਾ। ਹੁਣ ਇੱਥੇ ਥੋੜ੍ਹਾ ਜਿਹਾ ਆਪਾਂ ਬੀ ਪੇਸ਼ੈਂਟ ਵਿਦ ਮੀ, ਉਹ 5 ਖਾਨਦਾਨ ਰਾਜ ਕਰਦੇ ਆ ਉੱਥੇ ਦਿੱਲੀ ਦੇ ਵਿੱਚ। ਖਾਨਦਾਨ ਗੁਲਾਮਾਂ ਪਹਿਲਾਂ ਆਉਂਦਾ ਜੀ, ਖਿਲਜੀ ਆਉਂਦਾ, ਤੁਗਲਕ ਆਉਂਦਾ, ਤੁਗਲਕ ਤੋਂ ਬਾਅਦ ਸੱਯਦ ਆਉਂਦਾ, ਸੱਯਦ ਤੋਂ ਬਾਅਦ ਲੋਧੀ ਆਉਂਦਾ। ਗੁਰੂ ਸਾਹਿਬ ਦੇ ਟਾਈਮ ਉਸ ਵੇਲੇ ਲੋਧੀ ਖਾਨਦਾਨ ਰਾਜ ਕਰ ਰਿਹਾ ਸੀ ਪੰਜਾਬ ਦੇ ਵਿੱਚ। ਲੋਧੀਆਂ ਤੋਂ ਬਾਅਦ ਲੋਧੀ ਨੂੰ ਫਿਰ ਆਉਂਦੇ ਹੈਗੇ ਮੁਗਲ ਆਉਂਦੇ ਆ ਜੀ, ਫਿਰ ਬਾਬਰ ਆਉਂਦਾ ਇਹਨਾਂ ਨੂੰ। ਬਾਬਰ ਜਿਹੜਾ ਹੈਗਾ, ਬਾਬਰ ਫਿਰ ਇਬਰਾਹਿਮ ਲੋਧੀ ਨੂੰ ਹਰਾ ਕੇ ਦਿੱਲੀ ਦੇ ਉੱਪਰ 1526 ਦੇ ਵਿੱਚ ਆਪਣਾ ਰਾਜ ਕਾਇਮ ਕਰ ਲੈਂਦਾ। ਸੋ ਸਮਝੋ 1204 ਤੋਂ ਲੈ ਕੇ 1526 ਤੱਕ ਇਹ ਦਿੱਲੀ ਸੁਲਤਾਨੇਤ ਦੀ ਉਹਨੂੰ ਕਹਿੰਦੇ ਆ ਵੀ ਉਹ ਰਹੇ ਉਹਦੇ ਉੱਤੇ। 1526 ਤੋਂ ਲੈ ਕੇ ਫਿਰ ਤਕਰੀਬਨ 1800 ਨਾਮ ਨਹਾਦੇ ਰਹੇ ਜਾਏ, ਪਰ 1857 ਤੱਕ ਆਪਾਂ ਕਹਿ ਰਹੇ ਹਾਂ, ਕਹਿ ਸਕਦੇ ਹਾਂ ਵੀ ਮੁਗਲਾਂ ਦਾ ਰਾਜ ਉੱਥੇ ਰਿਹਾ। ਸੋ ਗੁਰੂ ਸਾਹਿਬ ਦਾ ਜਿਹੜਾ ਆਉਂਦਾ ਮੇਲ ਆਉਂਦਾ ਹੈਗਾ, ਤਲਕ ਆਉਂਦਾ ਹੈਗਾ, ਉਹ ਲੋਧੀ ਤੋਂ ਲੈ ਕੇ ਬਾਬਰ ਤੱਕ ਆਉਂਦਾ ਹੈਗਾ। ਹੁਣ ਲੋਧੀਆਂ ਦੇ ਵੇਲੇ ਉਸ ਵੇਲੇ ਸਿਕੰਦਰ ਲੋਧੀ ਰਾਜ ਕਰ ਰਿਹਾ ਸੀ। ਸਿਕੰਦਰ ਲੋਧੀ ਜਿਹੜਾ ਹੈਗਾ ਉਹ ਰਾਜ ਕਰ ਰਿਹਾ ਸੀ। ਪਹਿਲਾਂ ਉਹਨਾਂ ਦਾ ਆਉਂਦਾ ਜਿਹੜਾ ਸੀ ਬਹਿਲੋਲ ਲੋਧੀ ਸੀ, ਸਿਕੰਦਰ ਲੋਧੀ ਸੀ, ਸਿਕੰਦਰ ਲੋਧੀ ਤੋਂ ਬਾਅਦ ਫਿਰ ਇਬਰਾਹਿਮ ਲੋਧੀ ਆ ਗਿਆ ਜਿਹਨੂੰ ਬਾਬਰ ਨੇ ਹਰਾਇਆ ਜਾ। ਹੁਣ ਸਿਕੰਦਰ ਲੋਧੀ ਦੇ ਟਾਈਮ ਦੇ ਵਿੱਚ, ਹੁਣ ਪਿੱਛੇ ਆਪਾਂ ਇੱਕ ਵਾਰ ਗੱਲ ਕੀਤੀ ਵੀ ਸੀ, ਉਹ ਫੇਰ ਕਰ ਲਈਏ ਗੱਲ ਜੀ। ਹੁਣ ਇੱਕ ਸਾਖੀ ਆਉਂਦੀ ਆ ਸੱਚੇ ਸੌਦੇ ਦੀ ਸਾਖੀ, ਇਹ ਹੈਗੀ ਆ ਬਾਲੇ ਦੀ ਜਨਮ ਸਾਖੀ ਦੇ ਵਿੱਚ। ਬਾਲੇ ਦੀ ਜਨਮ ਸਾਖੀ ਬਾਰੇ ਆਪਾਂ ਗੱਲ ਵਿਸਥਾਰ 'ਚ ਫੇਰ ਕਰਾਂਗੇ ਜਾ, ਪਰ ਇਹ ਵਾਰ ਵਾਰ ਆਉਂਦੇ ਆ, ਇਹ ਵਾਰ ਵਾਰ ਆਉਂਦੀ ਆ। ਉਹ ਸਾਖੀ ਇੱਦਾਂ ਆ, ਉਹ ਸਾਖੀ ਇੱਦਾਂ ਹੈਗੀ ਆ ਵੀ ਜਿਸ ਵੇਲੇ ਗੁਰੂ ਸਾਹਿਬ ਦੀ ਉਸ ਵੇਲੇ ਉਮਰ ਸੀ 18 ਜਾਂ 19 ਸਾਲ ਦੀ ਉਮਰ, 18 ਜਾਂ 19 ਸਾਲ ਦੀ ਉਮਰ ਵਿੱਚ ਪਹਿਲਾਂ ਉਹਨੀ ਹੋਰ ਕਿੱਤਿਆਂ 'ਤੇ ਲਾਏ। ਚਲੋ ਉਹਨਾਂ ਦੇ ਡੈਡੀ ਨੇ, ਉਹਨਾਂ ਦੇ ਫਾਦਰ ਨੇ, ਮਹਿਤਾ ਕਾਲੂ ਨੇ ਕਿਹਾ ਵੀ ਤੁਸੀਂ ਜਾ ਕੇ ਵਪਾਰ ਕਰੋ। 20 ਰੁਪਈਏ ਦਿੱਤੇ ਅਤੇ ਨਾਲ ਉਹਦੇ ਬਾਲਾ ਕਹਿੰਦਾ ਵੀ ਮੈਨੂੰ ਭੇਜਿਆ ਵੀ ਤੂੰ ਵੀ ਨਾਲ ਜਾ ਅਤੇ ਤੁਸੀਂ ਜਾ ਕੇ ਝੂੜਕਾਨੇ ਤੋਂ ਜਾ ਕੇ ਸੌਦੇ ਲਿਆਓ, ਤੋਂ ਸੌਦੇ ਲਿਆ ਕੇ ਆਪਾਂ ਕਰੀਏ। ਉਹ ਕਹਿੰਦੇ ਜਿਸ ਵੇਲੇ ਜਾਂਦੇ ਆ ਅਤੇ ਉਸ ਵੇਲੇ ਉਹਨਾਂ ਨੂੰ ਕੁਛ 12-14 ਭੁੱਖੇ ਸਾਧ ਮਿਲ ਜਾਂਦੇ ਆ। ਉਹ ਕਹਿੰਦੇ ਸੰਤ ਭੁੱਖੇ ਆ। ਉਹ ਹੁਣ ਸੰਤਾਂ ਨੂੰ ਜਿਹੜੇ ਹੈਗੇ ਆ ਜੀ, ਉਹ ਕਹਿੰਦੇ ਨਹੀਂ ਜੀ ਵੀ ਇਹਦੇ ਨਾਲੋਂ ਚੰਗਾ ਸੱਚਾ ਸੌਦਾ ਕੀ ਹੋ ਸਕਦਾ। ਉਹਨੀ ਭੁੱਖੇ ਸਾਧਾਂ ਨੂੰ ਉਹ 20 ਰੁਪਈਆਂ ਦਾ ਦਾਣਾ ਵਾਣਾ ਲਿਆ ਕੇ ਉਹਨੂੰ ਖਿਲਾਤਾ। ਹੁਣ ਜਿਹੜਾ ਇਤਿਹਾਸਕਾਰ ਆ ਜੀ, ਤੂੰ ਮੈਨੂੰ ਪਤਾ ਵੀ ਤੁਹਾਡੇ ਦਿਮਾਗ 'ਚ ਵੀ ਆ ਗਈ ਆ ਉਹ ਗੱਲ, ਜੀ ਜੀ ਜੀ, 20 ਰੁਪਈਏ ਦੀ ਵੈਲਿਊ ਬਹੁਤ ਆ। ਉਹ ਜਿਹੜਾ ਇਤਿਹਾਸਕਾਰ ਆ ਉਹ ਹੁਣ ਦੇਖਦਾ ਉਸ ਵੇਲੇ ਵੀ ਸਿਕੰਦਰ ਲੋਧੀ ਦੇ ਵੇਲੇ ਉਸ ਵੇਲੇ ਜਿਣਸਾਂ ਦੀ ਕੀਮਤ ਕੀ ਸੀ। ਹੁਣ ਐਗਜੈਕਟ ਮੈਂ ਦੱਸ ਨਹੀਂ, ਪਰ ਮੈਂ ਪੜ੍ਹੀ ਆ ਉਹ ਐਗਜੈਕਟ ਮੈਂ ਦੱਸ ਹੈ। ਉਸ ਵੇਲੇ 1 ਰੁਪਈਏ ਦੀ ਸ਼ਾਇਦ 2-2.5 ਮਣ ਦਾਲ ਆ ਜਾਂਦੀ ਸੀ, 1 ਰੁਪਈਏ ਦਾ ਆਟਾ ਆ ਜਾਂਦੀ ਸੀ ਕਈ ਮਣ ਜਾ ਕੇ। ਉਹ ਹੁਣ ਜੇ 20 ਰੁਪਈਆਂ ਦੀ ਟੋਟਲ ਰਸ ਲਾਈਏ ਤਾਂ ਉਹ ਮੇਰਾ ਖਿਆਲ 12 ਸਾਧ ਨਹੀਂ ਖਾ ਸਕਦੇ, ਚਾਹੇ ਸਾਧ ਆਮ ਆਦਮੀ ਤੋਂ ਥੋੜ੍ਹੇ ਜਿਹਾ ਜ਼ਿਆਦਾ ਹੀ ਖਾ ਲੈਂਦੇ ਆ, ਪਰ ਫਿਰ ਵੀ ਉਹ 12 ਸਾਧ ਨਹੀਂ ਖਾ ਸਕਦੇ ਹੈ। ਉਹਦਾ ਮਤਲਬ ਕੀ ਸੀ ਵੀ ਉਹ ਜਨਮ ਸਾਖੀ ਉਸ ਵੇਲੇ ਨਹੀਂ ਲਿਖੀ ਗਈ ਹੈ, ਕਿਉਂਕਿ ਉਹ ਉਸ ਵੇਲੇ ਕਿੱਦਾਂ, ਜੇ ਉਸ ਵੇਲੇ ਕੋਈ ਬੰਦਾ ਲਿਖਦਾ ਤਾਂ ਫਿਰ 20 ਰੁਪਈਏ ਨਾ ਸੀ ਲਿਖਣੇ ਹੈ, ਕਿਉਂਕਿ ਉਹਨੂੰ ਪਤਾ ਸੀ ਵੀ 20 ਰੁਪਈਏ ਦਾ ਸੌਦਾ ਤਾਂ ਖਾਧਾ ਨਹੀਂ ਜਾ ਸਕਦਾ। ਹੁਣ ਹੋਇਆ ਕੀ ਇਹ ਹੋਇਆ, ਇਹ ਜਿਸ ਵੇਲੇ ਗੁਰੂ ਸਾਹਿਬ ਦੀ ਸਿੱਖਿਆ ਦੇ ਨਾਲ ਜਿਹੜਾ ਸਾਧ ਵਰਗ ਸੀਗਾ ਉਹ ਧਰਮ 'ਚੋਂ ਨਿਕਲ ਗਿਆ ਕਿਸਮ ਨਾਲ। ਗੁਰੂ ਸਾਹਿਬ ਨੇ ਆਪਣੀ ਸਿੱਖਿਆ ਇੰਨੀ ਸਪਸ਼ਟ ਕੀਤੀ ਵੀ ਇਹਦੇ ਵਿੱਚ ਸਾਧਾਂ ਦਾ ਕੋਈ ਰੋਲ ਨਹੀਂ ਹੈ, ਧਾਰਮਿਕ ਬਣਨ ਦੇ ਲਈ ਜਾ ਕੇ ਰੱਬ ਤੱਕ ਪਹੁੰਚਣ ਲਈ ਜਾਂ ਤੁਸੀਂ ਇੱਕ ਅੱਛੇ ਵਿਅਕਤੀ ਬਣਨ ਦੇ ਲਈ ਸਾਧਾਂ ਦਾ ਕੋਈ ਰੋਲ ਨਹੀਂ ਹੈ। ਉਹ ਸਾਧ ਵਰਗ ਥਰੈਟਨ ਹੋ ਗਿਆ ਜੀ। ਅੱਛਾ, ਹਾਂ, ਸਾਧ ਵਰਗ ਥਰੈਟਨ ਹੋ ਗਿਆ। ਉਹ ਜਿਸ ਵੇਲੇ ਸਾਧ ਵਰਗ ਦੀ ਪੁੱਛ ਪ੍ਰਤੀਤ ਘਟਣ ਲੱਗ ਪਈ, ਫਿਰ ਇੱਕ ਸਮਾਂ ਆ ਗਿਆ ਜਿਸ ਵੇਲੇ ਉਹ ਜਿਹੜਾ ਜਿਸ ਵੇਲੇ ਬਾਲੇ ਦੀ ਜਨਮ ਸਾਖੀ ਲਿਖੀ ਗਈ ਆ, ਉਸ ਵੇਲੇ ਫਿਰ ਉਹਨੇ ਇਹ ਕਿਹਾ ਵੀ ਇਹ ਜਿਹੜੀ ਆ ਮਰ ਰਹੀ ਸੰਸਥਾ ਆ ਗੁਰੂ ਸਾਹਿਬ ਦੀ ਸਿੱਖਿਆ ਦੇ ਮੁਤਾਬਕ, ਇਹਨੂੰ ਇੱਦਾਂ ਲਿਆ ਕੇ ਕਿਸੇ ਤਰ੍ਹਾਂ ਢਾਲੋ ਜਿਹਦੇ ਨਾਲ ਇਹਨਾਂ ਦੀ ਮਹਿਮਾ ਫਿਰ ਉੱਪਰ ਨੂੰ ਉੱਭਰੇ। ਉਹਨੇ ਫਿਰ ਇਹ ਸਾਖੀ ਬਣਾਈ ਜਾ ਕੇ ਵੀ ਗੁਰੂ ਸਾਹਿਬ ਦੇ ਮੁਤਾਬਕ ਤਾਂ ਸਭ ਨਾਲੋਂ ਸੱਚਾ ਸੌਦਾ ਸਾਧਾਂ ਨੂੰ ਰੋਟੀ ਖਿਲਾਉਣਾ ਆ, ਤਾਂ ਕਿ ਸਾਧ ਵਰਗ ਫਿਰ ਥੋੜ੍ਹਾ ਜਿਹਾ ਉੱਪਰ ਨੂੰ ਉੱਠੇ ਜਾ ਕੇ।
ਸੋ ਸਹੀ ਮਹਿਨਿਆਂ ਦੇ ਵਿੱਚ ਇਹ ਜਨਮ ਸਾਖੀ ਵੀ ਉਸ ਵੇਲੇ ਲਿਖੀ ਗਈ ਆ ਜਿਸ ਵੇਲੇ ਸਾਧ ਵਰਗ ਦਾ ਗਿਰ ਰਿਹਾ ਜਿਹੜਾ ਲੋਕਾਂ ਦੇ ਵਿੱਚ ਇਮੇਜ ਸੀਗਾ ਉਸ ਇਮੇਜ ਨੂੰ ਚੁੱਕਣ ਦੇ ਲਈ ਲਿਖੀ ਗਈ ਆ ਵੀ ਨਹੀਂ ਨਹੀਂ ਜਿਹੜੇ ਗੁਰੂ ਨਾਨਕ ਦੇਵ ਜੀ ਜੇ ਆ ਉਹਨਾਂ ਦੇ ਲਈ ਤਾਂ ਸਭ ਤੋਂ ਮਹਾਨ ਕੰਮ ਜਿਹੜਾ ਸੀਗਾ ਉਹ ਮਹਾਨ ਕੰਮ ਤਾਂ ਸਾਧਾਂ ਨੂੰ ਰੋਟੀ ਖਵਾਉਣਾ ਸੀਗਾ ਜਾ ਕੇ ਸੋ ਉਹਨੀ ਫਿਰ ਸੱਚਾ ਸੌਦਾ ਕਰਤਾ ਇਹ ਤੋਂ ਬੜਾ ਕੋਈ ਸੱਚਾ ਸੌਦਾ ਹੈ ਨਹੀਂ ਲੋਕਾਂ ਨੂੰ ਇਹ ਇੰਪ੍ਰੈਸ਼ਨ ਦੇਣ ਦੇ ਲਈ ਵੀ ਤੁਸੀਂ ਵੀ ਜੇ ਕਰਨਾ ਹੈਗਾ ਤਾਂ ਇਹ ਸੌਦੇ ਕਰੋ ਸੰਤਾਂ ਸਾਧਾਂ ਨੂੰ ਰੋਟੀ ਪਾਣੀ ਖਿਲਾਓ ਸੋ ਇੱਦਾਂ ਮੇਰਾ ਮਤਲਬ ਕਹਿੰਦਾ ਵੀ ਜਿਹੜਾ ਇਤਿਹਾਸਕਾਰ ਆ ਉਹ ਇੱਦਾਂ ਐਕਸੈਪਟ ਨਹੀਂ ਕਰਦਾ ਹੁਣ ਮੇਰੀ ਵੀ ਮੈਂ ਵੀ ਤਾਂ ਇਹ ਕਰਕੇ ਪਹਿਲਾਂ ਆਪਾਂ ਸ਼ੁਰੂ ਕੀਤੀ ਸੀ ਵੀ ਇਹਦੇ ਵਿੱਚ ਵੀ ਜਿਸ ਵੇਲੇ ਆਪਾਂ ਜਿਹੜੀ ਜਾਣ ਆਪਾਂ ਜ਼ਰੂਰ ਲਓ ਇਹ ਜਾਣਕਾਰੀ ਮੈਂ ਨਹੀਂ ਕਹਿੰਦਾ ਨਾ ਜਾਣਕਾਰੀ ਲਓ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਾਓ ਔਰ ਉੱਥੇ ਮੈਂ ਜਿੱਦਾਂ ਪਹਿਲਾਂ ਕਿਹਾ ਬਹੁਤ ਚੰਗੇ ਚੰਗੇ ਜਿਹੜੇ ਹੈਗੇ ਗ੍ਰੰਥੀ ਜਾਂ ਗਿਆਨੀ ਜਿਹੜੇ ਬੈਠੇ ਆ ਉਹਨਾਂ ਨੂੰ ਬੜਾ ਇਤਿਹਾਸ ਦਾ ਪਤਾ ਆ ਠੀਕ ਹੈ ਨਾ ਪਰ ਫਿਰ ਵੀ ਜਿਹੜੀ ਹੈਗੀ ਆ ਆਪਣੀ ਜਿਹੜੀ ਅਕਲ ਆ ਆਪਣੀ ਜਿਹੜਾ ਲੌਜਿਕ ਆ ਉਹ ਵਰਤੋਂ ਹਿਸਟਰੀ ਨੂੰ ਗੁਰੂ ਸਾਹਿਬ ਦੀ ਹਿਸਟਰੀ ਨੂੰ ਸਮਝਣ ਦੇ ਲਈ ਅੱਛਾ ਹੁਣ ਜਿਹੜੀ ਹੈਗੀ ਹੁਣ ਆਪਾਂ ਪੋਲੀਟੀਕਲ ਜਿਹੜੀ ਆ ਹਾਲਤ ਉੱਥੇ ਬਿਆਨ ਕਰ ਦਿੱਤੀ ਉਸ ਵੇਲੇ ਵੀ ਪੋਲੀਟੀਕਲ ਹਾਲਤ ਉਸ ਵੇਲੇ ਸਿਕੰਦਰ ਲੋਧੀ ਰਾਜ ਕਰਦਾ ਸੀਗਾ ਅਤੇ ਸਿਕੰਦਰ ਲੋਧੀ ਦਾ ਰਾਜ ਚੱਲਦਾ ਰਿਹਾ ਉਹ ਬਹੁਤਾ ਚੰਗਾ ਹਾਕਮ ਨਹੀਂ ਹੈ ਉਹਦੇ ਬਾਰੇ ਸਾਨੂੰ ਰੈਫਰੈਂਸਿਸ ਜਿਹੜੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੇ ਆ ਵੀ ਉਸ ਵੇਲੇ ਦੇ ਰਾਜੇ ਕਿੱਦਾਂ ਦੇ ਸੀ ਮੁਕੱਦਮ ਕਿੱਦਾਂ ਦੇ ਸੀ ਉਸ ਵੇਲੇ ਔਰ ਉਹਨਾਂ ਨੂੰ ਨਹੀਂ ਆਪਾਂ ਸਾਰੇ ਉਹਨਾਂ ਦਾ ਬੜਾ ਮਸ਼ਹੂਰ ਉਹ ਸ਼ਲੋਕ ਹੈਗਾ ਰਾਜੇ ਸੀ ਮੁਕੱਦਮ ਉੱਤੇ ਜਾਇਜ਼ ਗਾਵਣ ਬੈਠੇ ਸੁੱਤੇ ਕੁਛ ਇੱਦਾਂ ਦਾ ਹੈਗਾ ਹੋ ਸਕਦਾ ਮੇਰੇ ਤੋਂ ਕੁਛ ਗਲਤ ਕਹਿ ਹੋ ਗਿਆ ਹੋਵੇ ਪਰ ਉਹ ਇਸ ਕਿਸਮ ਦਾ ਹੈਗਾ ਜਾ ਕੇ ਸੋ ਇਸੇ ਦੌਰਾਨ ਦੇ ਵਿੱਚ ਵੀ ਆਪਾਂ ਦੇਖਾਂਗੇ ਜਾ ਕੇ ਅੱਗੇ ਚੱਲ ਕੇ ਜਿਸ ਵੇਲੇ ਬਾਬਰ ਦਾ ਹਮਲਾ ਹੁੰਦਾ ਅੰਮ੍ਰਿਤਸਰ ਇਹਨਾਂ ਸਾਖੀਆਂ ਤੋਂ ਬਿਨਾਂ ਖਾਸ ਤੌਰ 'ਤੇ ਉਸ ਇਰੇ ਤੋਂ ਉਸ ਇਰਾ ਦੇ ਵਿੱਚ ਜਦੋਂ ਲੋਧੀ ਦੇ ਰਾਜ ਦੇ ਵਿੱਚ ਇਹ ਸਭ ਕੁਛ ਹੋ ਰਿਹਾ ਸੀ ਉਸ ਤੋਂ ਅੱਗੇ ਫਿਰ ਕੀ ਹੋਇਆ ਜੀ ਸੁਣਨ ਵਾਲਿਆਂ ਨੂੰ ਵੀ ਵੀ ਇਹ ਜਿਹੜੀ ਅੱਜ ਦਾ ਜਿਹੜਾ ਪ੍ਰੋਗਰਾਮ ਇਹ ਐਂਟਰਟੇਨਮੈਂਟ ਨਹੀਂ ਹੈ ਇਹਨੂੰ ਇੱਦਾਂ ਨਾ ਸਮਝਿਆ ਜਾਵੇ ਵੀ ਕੋਈ ਮਨ ਪਰਚਾਵੇ ਦੇ ਲਈ ਆਹ ਪ੍ਰੋਗਰਾਮ ਹੋ ਰਿਹਾ ਇੱਕ ਇਤਿਹਾਸਕ ਪ੍ਰੋਗਰਾਮ ਹੋ ਰਿਹਾ ਜਿਹੜਾ ਕਿ ਉਸ ਸਮੇਂ ਦੀ ਇੱਕ ਇਤਿਹਾਸਕ ਪਰਸਨੈਲਿਟੀ ਬਾਰੇ ਹਿਸਟੋਰੀਕਲ ਗੱਲ ਹੋ ਰਹੀ ਹੈ ਧਾਰਮਿਕ ਗੱਲ ਨਹੀਂ ਇਹਨੂੰ ਜ਼ਰੂਰ ਆਪਾਂ ਧਿਆਨ ਦੇ ਵਿੱਚ ਇਹ ਰੱਖੀ ਜਾਵੇ ਹੁਣ ਦੇਖੋ ਉਸ ਸਮੇਂ ਦੀ ਪੋਲੀਟੀਕਲ ਹਾਲਤ 'ਤੇ ਆਪਾਂ ਗੱਲ ਕਰ ਰਹੇ ਸੀ ਜਿਸ ਵੇਲੇ ਹੈਗੇ ਹਾਂ ਹੁਣ ਉਸ ਸਮੇਂ ਜਿਹੜਾ ਹੈਗਾ ਸਿਕੰਦਰ ਲੋਧੀ ਜਿਹੜਾ ਹੈਗਾ ਰਾਜ ਕਰਦਾ ਸੀ ਔਰ ਉਸ ਵੇਲੇ ਕਿਹਾ ਜਾਂਦਾ ਵੀ ਉਸ ਵੇਲੇ ਸਖਤੀ ਬਹੁਤ ਸੀਗੀ ਉਸ ਵੇਲੇ ਸਖਤੀ ਬਹੁਤ ਸੀ ਕਨਵਰਸ਼ਨਾਂ ਬਹੁਤ ਹੋ ਰਹੀਆਂ ਸੀ ਇੱਕਦਮ ਜ਼ਬਰਦਸਤੀ ਬਣਾਇਆ ਜਾ ਰਿਹਾ ਸੀਗਾ ਆਪਣੇ ਹਿੰਦੂਆਂ ਨੂੰ ਕੁੱਟ ਕੁੱਟ ਕੇ ਜਿਹੜਾ ਹੈਗਾ ਆ ਮੁਸਲਮਾਨ ਬਣਾਇਆ ਜਾਂਦਾ ਸੀ ਹੁਣ ਇੱਥੇ ਜਿਹੜੀ ਹੈਗੀ ਆ ਇੱਕ ਗੱਲ ਮੈਂ ਇਹ ਕਲੀਅਰ ਕਰਨੀ ਚਾਹੁੰਦਾ ਵੀ ਇਤਿਹਾਸਕ ਤੌਰ 'ਤੇ ਇੱਕ ਗੱਲ ਇਹ ਸਮਝਣ ਵਾਲੀ ਗੱਲ ਆ ਵੀ ਇਸਲਾਮ ਜਿਹੜਾ ਫੈਲਿਆ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਫੈਲਿਆ ਹੈਗਾ ਇਹ ਸਾਰਾ ਹੀ ਤਲਵਾਰ ਦੇ ਜ਼ੋਰ ਨਾਲ ਨਹੀਂ ਫੈਲਿਆ ਹੈ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣ ਵਾਲੀ ਆ ਇਸਲਾਮ ਨੂੰ ਫੈਲਾਉਣ ਦੇ ਵਿੱਚ ਸੂਫੀਆਂ ਦਾ ਰੋਲ ਬਹੁਤ ਜ਼ਿਆਦਾ ਆ ਸੂਫੀ ਮਤ ਦਾ ਸਿੱਖ ਦੇ ਨਾਲ ਕੀ ਰਿਸ਼ਤਾ ਸੀਗਾ ਇਹਦੀ ਵੀ ਗੱਲ ਕਰਾਂਗੇ ਜਾ ਕੇ ਸੂਫੀਆਂ ਦਾ ਬਹੁਤ ਰੋਲ ਇਹਦੇ ਵਿੱਚ ਜ਼ਿਆਦਾ ਹੈਗਾ ਇਸਲਾਮ ਨੂੰ ਫੈਲਾਉਣ ਹੁਣ ਮੈਂ ਦੱਸਦਾ ਜੀ ਹੁਣ ਜਿਸ ਵੇਲੇ ਇਸਲਾਮ ਇੱਥੇ ਆਉਂਦਾ ਪੰਜਾਬ ਦੇ ਵਿੱਚ ਇਸਲਾਮ ਉਸ ਵੇਲੇ ਪੰਜਾਬ ਵਿੱਚ ਆਉਂਦਾ ਉਸ ਵੇਲੇ ਸਾਡੀ ਜਿਹੜੀ ਹਿੰਦੂ ਸੁਸਾਇਟੀ ਆ ਉਹਦਾ ਕੀ ਹਾਲਤ ਆ ਉਹਦੀ ਹਾਲਤ ਉਸ ਵੇਲੇ ਇਹ ਆ ਵੀ ਉਹ ਸਾਰੀ ਜਿਹੜਾ ਹੈਗਾ ਜ਼ਾਤ ਪਾਤ ਦੇ ਵਿੱਚ ਵੰਡ ਹੋ ਚੁੱਕੇ ਆ ਜ਼ਾਤ ਪਾਤ ਦੇ ਵਿੱਚ ਇੱਕ ਸੈਕਸ਼ਨ ਉਹਦੇ ਵਿੱਚ ਇੱਦਾਂ ਦਾ ਆ ਜਿਹਦੇ ਨਾਲ ਤੁਸੀਂ ਭਿੱਟ ਹੋ ਜਾਂਦੇ ਸੀ ਜੇ ਉਹ ਤੁਹਾਡੇ ਨਾਲ ਲੱਗ ਜਾਂਦਾ ਤਾਂ ਤੁਸੀਂ ਗੰਗਾ ਜਾ ਕੇ ਨਹਾਉਣ ਲੱਗਦੇ ਸੀ ਜੇ ਉਹ ਭਾਂਡੇ ਨੂੰ ਹੱਥ ਲਾ ਦਿੰਦਾ ਸੀਗਾ ਤਾਂ ਤੁਸੀਂ ਉਹਦੇ ਵਿੱਚ ਰੋਟੀ ਨਸੀਹ ਖਾਂਦੇ ਅੱਗ 'ਚ ਪਾਉਂਦੇ ਸੀ ਜੇ ਉਸੇ ਭਾਂਡੇ ਦੇ ਵਿੱਚ ਕੁੱਤਾ ਖਾ ਜਾਂਦਾ ਤਾਂ ਤੁਸੀਂ ਉਹਨੂੰ ਵਰਤ ਲੈਂਦੇ ਸੀਗੇ ਸਾਫ਼ ਕਰਕੇ ਪਰ ਜੇ ਬੰਦਾ ਹੱਥ ਵੀ ਲਾ ਦਿੰਦਾ ਸੀ ਤਾਂ ਉਹਨੂੰ ਵਰਤਦੇ ਨਸੀਹ ਹੁੰਦੇ ਸੀ ਜਿੱਥੇ ਤੋਂ ਤੁਸੀਂ ਉੱਚ ਜਾਤੀ ਦਾ ਬੰਦਾ ਲੰਘਦਾ ਸੀ ਦੂਜੇ ਉਹਨੂੰ ਨਹੀਂ ਸੀ ਜਾ ਕੇ ਵੀ ਤੁਸੀਂ ਉਸ ਰਸਤੇ ਵੀ ਚੱਲ ਸਕੋ ਜਾ ਕੇ ਹਿੰਦੂ ਸੁਸਾਇਟੀ ਦੇ ਵਿੱਚ ਉਹ ਜਿਹੜੀ ਜ਼ਾਤ ਹੈ ਕਿਸੇ ਮੰਦਰ 'ਚ ਨਾ ਹੀ ਜਾ ਸਕਦੀ ਕਿਸੇ ਧਾਰਮਿਕ ਸਥਾਨ ਦੇ ਵਿੱਚ ਉਹ ਐਂਟਰ ਨਸੀ ਜਿਸ ਵੇਲੇ ਇਸਲਾਮ ਆਇਆ ਇਸਲਾਮ ਨੇ ਆਉਂਦੇ ਨੇ ਬਰਾਬਰੀ ਦਾ ਨਾਰਾ ਮਾਰਿਆ ਕੋਈ ਅਨਟਚੇਬਿਲਿਟੀ ਨਹੀਂ ਹੈ ਕੋਈ ਭਿੱਟ ਨਹੀਂ ਹੁੰਦਾ ਕਿਸੇ ਦੇ ਇੱਕੋ ਹੀ ਮਸੀਤ ਦੇ ਵਿੱਚ ਨਮਾਜ਼ ਪੜ੍ਹਨ ਜਾਓ ਤੁਸੀਂ ਆ ਜਾਓ ਤੁਸੀਂ ਜਾ ਕੇ ਇਕੱਠੇ ਬਹਿ ਕੇ ਇੱਕੋ ਛਾਬੇ 'ਚੋਂ ਰੋਟੀ ਖਾਂਦੇ ਹਾਂ ਇੱਕੋ ਹੀ ਹੋਕਾ ਸਾਰੇ ਪੜ੍ਹ ਚਾਹੇ ਕੋਈ ਹੇਠਲੀ ਜਾਤੀ ਦਾ ਚਾਹੇ ਕੋਈ ਉੱਚ ਜਾਤੀ ਦਾ ਹੈਗਾ ਸਾਰੇ ਇਕੱਠੇ ਬੈਠ ਕੇ ਖਾਂਦੇ ਪੀਂਦੇ ਹਾਂ ਆਪਾਂ ਜਾ ਕੇ ਇੱਕੋ ਛਾਬੇ 'ਚੋਂ ਬੁਰਕੀਆਂ ਤੋੜ ਕੇ ਖਾਓ ਜਾ ਕੇ ਕੋਈ ਤੁਹਾਡੇ ਨਾਲ ਫਰਕ ਨਹੀਂ ਹੈ ਇੱਕੋ ਹੀ ਹੁੱਕਾ ਵਾਰ ਵਾਰ ਘੁਮਾਈ ਜਾਂਦੇ ਸੀ ਸਾਰੇ ਪੀਂਦੇ ਚਾਹੇ ਕੋਈ ਉਹ ਹੇਠਲੀ ਜਾਤੀ ਆ ਚਾਹੇ ਕੋਈ ਉੱਚ ਜਾਤੀ ਆ ਉਸੇ ਜਿਹੜੀ ਆ ਮਸਜਿਦ ਜਿਹੜੀ ਆ ਖੁੱਲ੍ਹੀ ਆ ਮਸਜਿਦ ਦੇ ਵਿੱਚ ਆ ਕੇ ਨਮਾਜ਼ ਕਰੋ ਲੋਕ ਕਨਵਰਟ ਹੋ ਗਏ ਖਾਸ ਤੌਰ 'ਤੇ ਉਹ ਬੰਦੇ ਜਿਨ੍ਹਾਂ ਨੂੰ ਬੰਦੇ ਹੀ ਨਹੀਂ ਸਮਝਿਆ ਜਾਂਦਾ ਉਹ ਇਸਲਾਮ ਵੱਲ ਗਏ ਸੋ ਉਹ ਤਲਵਾਰ ਦੇ ਜ਼ੋਰ ਨਾਲ ਹੀ ਗਏ ਹੈ ਉਹ ਗਏ ਹੈਗੇ ਆ ਇਸਲਾਮ ਦਾ ਜਿਹੜਾ ਬਰਾਬਰੀ ਦਾ ਫਲਸਫਾ ਸੀਗਾ
ਬਰਾਬਰ ਇਨਸਾਨ ਨੂੰ ਮੁਸਲਿਮ ਭਾਈਚਾਰੇ ਦੇ ਵਿੱਚ ਸਾਰਿਆਂ ਨੂੰ ਬਰਾਬਰ ਬ੍ਰਦਰਹੁੱਡ ਆਫ ਮੈਨਕਾਈਂਡ, ਗੁਰੂ ਸਾਹਿਬ ਨੇ ਵੀ ਇਹੀ ਸਿੱਖਿਆ ਦਿੱਤੀ ਬਾਅਦ ਦੇ ਵਿੱਚ ਜਾ ਕੇ, ਬ੍ਰਦਰਹੁੱਡ ਆਫ ਮੈਨਕਾਈਂਡ ਜਿਹੜਾ ਕਰਾਂਗੇ ਬਾਅਦ ਦੇ ਵਿੱਚ ਜਾ ਕੇ। ਸੋ ਉਸ ਗੱਲ ਕਰਕੇ ਪੋਲੀਟੀਕਲ ਕੰਡੀਸ਼ਨ ਬਿਲਕੁਲ ਦੇਖਣ ਦੇ ਵੇਲੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਸਾਰੇ ਹੀ ਤਲਵਾਰ ਦੇ ਜ਼ੋਰ ਨਾਲ ਨਹੀਂ ਆਏ। ਜਿਹੜਾ ਹਾਕਮ ਸੀਗਾ ਉੱਥੇ, ਮੁਸਲਮਾਨ ਹਾਕਮ ਹੋਵੇ ਚਾਹੇ ਹਿੰਦੂ ਹਾਕਮ, ਜਿਹੜਾ ਵੀ ਉਹਦੇ ਖਿਲਾਫ਼ ਬੋਲਦਾ ਸੀ ਉਹਨੂੰ ਮਾਰਦਾ ਸੀ, ਜਿਹੜਾ ਵੀ ਬਗਾਵਤ ਕਰਦਾ ਸੀ ਮਾਰਦਾ ਸੀ ਜਾ ਕੇ। ਦੇਖੋ ਹਾਕਮ ਨੇ ਜਿਹੜਾ ਹੈਗਾ, ਹਾਕਮ ਨੇ ਤਾਂ ਮਜ਼ਹਬ ਨੂੰ ਯੂਜ਼ ਕਰਨਾ ਆਪਣੇ ਰਾਜ ਨੂੰ ਪੱਕਾ ਕਰਨ ਦੇ ਲਈ, ਪਰ ਜੇ ਉਹਦੇ ਆਪਣੇ ਮਜ਼ਹਬ ਵਾਲਾ ਹੀ ਉਹਦੇ ਰਾਜ ਨੂੰ ਕੱਚਾ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹਨੂੰ ਵੀ ਮਾਰਦਾ ਉਹ। ਬਿਲਕੁਲ, ਉਹਨਾਂ ਨੇ ਆਪਣੇ ਰਿਸ਼ਤੇਦਾਰ, ਆਪਣੇ ਰਿਸ਼ਤੇਦਾਰ, ਭੈਣ ਭਰਾ ਮਾਰਤੇ। ਸੋ ਇਹ ਗਲਤ ਕਿਸਮ ਦੀ ਜਿਹੜੀ ਹੈਗੀ ਆ ਸਾਨੂੰ ਜਿਹੜੀ ਹੈਗੀ ਇੱਕ ਦੱਸਿਆ ਜਾਂਦਾ ਵੀ ਸਾਰੇ ਜਿਹੜੇ ਹੈਗੇ ਜੀ ਤਲਵਾਰ ਦੇ ਜ਼ੋਰ ਨਾਲ ਸਰ, ਤਲਵਾਰ ਵੀ ਉਹਨੇ ਵਰਤੀ ਆ ਜਦੋਂ ਉਹਨਾਂ ਨੂੰ ਲੋੜ ਪਈ ਤਾਂ, ਪਰ ਉਹ ਤਲਵਾਰ ਸਾਰਿਆਂ ਦੇ ਖਿਲਾਫ਼ ਵਰਤੀ ਹੈ, ਇਕੱਲੇ ਇਹ ਨਹੀਂ ਹੈ ਵੀ ਹਿੰਦੂਆਂ ਜਾਂ ਦੂਜਿਆਂ ਦੇ ਖਿਲਾਫ਼ ਵਰਤੀ ਹੈ, ਮੁਸਲਮਾਨ ਬਗਾਵਤਾਂ ਦੇ ਖਿਲਾਫ਼ ਵੀ। ਉਸ ਜ਼ਮਾਨੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਵੀ ਮਾਨਸ ਜਾਤ ਦਾ ਹੋਕਾ ਦਿੱਤਾ, ਮਾਨਸ ਜਾਤ ਦਾ ਹੋਕਾ ਦਿੱਤਾ ਉਸ ਵੇਲੇ ਜਾ ਕੇ। ਉਹ ਤਾਂ ਹੀ ਤਾਂ ਉਹ ਲਿਖਦਾ ਫਿਰ ਉੱਠੀ ਆਖਰ ਇੱਕ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਬ ਸੇ। ਚਲੋ ਅੱਜ ਇੰਨਾ ਕੁ ਰਹਿਣ ਦਿੰਦੇ ਹਾਂ, ਫਿਰ ਆਪਾਂ ਕੰਟੀਨਿਊ ਕਰਾਂਗੇ, ਹੁਣ ਸਾਰਾ ਸਾਲ ਮਹੀਨੇ 'ਚ ਇੱਕ ਕਰਿਆ ਕਰਾਂਗੇ। ਤਾਂ ਬਾਕੀ ਠੀਕ ਹੈ, ਮੇਰੀ ਫਿਰ ਬਾਅਦ ਦੇ ਵਿੱਚ ਉਹੀ ਆ ਵੀ ਉਹੀ ਚੀਜ਼ ਐਕਸੈਪਟ ਕਰੋ ਜਿਹੜੀ ਚੀਜ਼ ਤੁਹਾਡਾ ਦਿਮਾਗ ਇਹ ਕਹਿੰਦਾ ਜਾ ਕੇ ਕਿ ਇਹ ਹੋ ਸਕਦੀ ਹੈ। ਤੁਸੀਂ ਜੇ ਤਾਂ ਤੁਹਾਡਾ ਕਹਿੰਦਾ ਵੀ ਹੋ ਸਕਦੀ ਹੈ, ਫਿਰ ਐਕਸੈਪਟ ਇਟ। ਅੱਛਾ, ਤੁਸੀਂ ਸਾਖੀਆਂ ਬਾਰੇ ਕਿਹਾ ਕਿ ਸਾਖੀਆਂ ਕਾਫੀ ਹੱਦ ਤੱਕ ਠੀਕ ਵੀ ਨੇ, ਮੈਨੂੰ ਤਾਂ ਕਈ ਵਾਰੀ ਇਉਂ ਲੱਗਦਾ ਵੀ ਸਾਖੀਆਂ ਦੀਆਂ ਜਿਹੜੀਆਂ ਕਹਾਣੀਆਂ ਮੈਂ ਸੁਣਦਾ ਜਦੋਂ ਪ੍ਰਚਾਰਕਾਂ ਤੋਂ ਵੀ ਸੁਣਦਾ ਤਾਂ ਉਹ ਬਿਲਕੁਲ ਤੁਹਾਡੇ ਦਿਲ ਨਹੀਂ ਲੱਗਦੀਆਂ, ਔਰ ਮੈਨੂੰ ਲੱਗਦਾ ਕਿ ਮਨਘੜਤ ਕਹਾਣੀਆਂ ਨੇ। ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਅਤੇ ਫਲਸਫਾ, ਉਹਨਾਂ ਦੀ ਪੋਇਟਰੀ, ਉਹਨਾਂ ਦੇ ਸਿਧਾਂਤਾਂ ਨੂੰ ਵੇਖਦੇ ਹੋਏ ਉਹ ਤਾਂ ਬਿਲਕੁਲ ਉਹਦੇ ਨੇੜੇ ਤੇੜੇ ਵੀ ਨਹੀਂ ਕਿਤੇ ਖੜਦੀ। ਉਹ ਸਾਹਿਬ ਜਿਹੜੀ ਸਾਖੀਆਂ ਲਿਖੀਆਂ ਬਾਅਦ, ਮੈਂ ਤੁਹਾਨੂੰ ਨਹੀਂ, ਜਿਹੜੀ ਬਾਲੇ ਦੀ ਜਨਮ ਸਾਖੀ ਆ ਉਹ ਇੱਦਾਂ ਹੀ ਆ ਜਦੋਂ ਤੁਸੀਂ ਕਹਿੰਦੇ ਆ ਬਾਲੇ ਦੀ ਜਨਮ ਸਾਖੀ ਆ। ਬਾਕੀ ਸਾਖੀਆਂ ਕਈ ਐਸ ਜਨਮ ਸਾਖੀਆਂ ਜਿਹੜੀਆਂ ਯੂਜ਼ਫੁਲ ਵੀ ਬਹੁਤ ਹੈ, ਜਿਹਨਾਂ 'ਚ ਇਨਫੋਰਮੇ ਪੁਰਾਤਨ ਜਨਮ ਸਾਖੀ ਹੈ ਜਾ ਕੇ, ਹੋ ਮੈਨੂੰ ਦੋ ਤਿੰਨ ਸਾਖੀਆਂ ਨਾ, ਉਹ ਸਾਖੀਆਂ ਜਿਹੜੀਆਂ ਹੈਗੀਆਂ ਪ੍ਰਾਚੀਨ ਜਨਮ ਸਾਖੀ, ਇਹਨਾਂ ਵਿੱਚੋਂ ਇਨਫੋਰਮੇਸ਼ਨ ਮਿਲਦੀ ਹੈ, ਸਹੀ ਇਨਫੋਰਮੇਸ਼ਨ ਵੀ ਮਿਲਦੀ ਹੈ ਨਾ ਇਹਨਾਂ ਦੇ ਵਿੱਚੋਂ। ਪਰ ਇਹ ਬਾਲੇ ਵਾਲੀ ਤਾਂ ਜਿਹੜੀ ਹੈਗੀ ਇਹ ਮਨਘੜਤ ਬਹੁਤ ਆ। ਇਹ ਮੈਂ ਫਿਰ ਰਿਕਮੈਂਡ ਕਰਦਾ ਅਗਲਾ ਲੈਕਚਰ ਜਿਸਲੇ ਹੋਣ ਤੋਂ ਪਹਿਲਾਂ, ਜਿਹੜੇ ਬੰਦੇ ਇੰਟਰਸਟਿਡ ਹੈ ਇਸ ਗੱਲ ਦੇ ਵਿੱਚ, ਉਸ ਇਹ ਅਗਲਾ ਲੈਕਚਰ ਸੁਣਨ ਤੋਂ ਬਾਅਦ ਜੇ ਉਹਨਾਂ ਦੇ ਹੱਥ ਆ ਜਾਂਦੀ ਆ, ਕਰਮ ਸਿੰਘ ਹਿਸਟੋਰੀਅਨ ਦੀ ਇੱਕ ਕਿਤਾਬ ਹੈ ਉਹਨਾਂ ਦੀ ਕੱਤਕ ਕੇ ਵਿਸਾਖ, ਉਹਦਾ ਨੌਵਾਂ ਕਿਤਾਬ ਦਾ ਕੱਤਕ ਕੇ ਵਿਸਾਖ, ਉਹ ਜ਼ਰੂਰ ਪੜ੍ਹ ਲੈਣ। ਉਹ ਤੋਂ ਉਸ ਪੜ੍ਹ ਕੇ ਫਿਰ ਆਪਾਂ ਨੂੰ ਬਾਲੇ ਦੀ ਜਨਮ ਸਾਖੀ ਬਾਰੇ ਕਾਫ਼ੀ ਜਾਣਕਾਰੀ ਮਿਲ ਜਾਂਦੀ ਹੈ ਵੀ ਬਾਲੇ ਦੀ ਜਨਮ ਸਾਖੀ ਕਦੋਂ ਲਿਖੀ ਗਈ, ਕਿਨ ਲਿਖਾਈ, ਕਿੱਦਾਂ ਸੀ, ਉਹਦੇ ਬਾਰੇ ਹੋ ਜਾਂਦੀ ਹੈ। ਸੋ ਜਨਮ ਸਾਖੀਆਂ ਨੂੰ ਬਾਲੇ ਦਾ ਪ੍ਰਸ਼ਨ ਜਿਹੜਾ ਕੈਰੇਕਟਰ ਹੈ, ਇਹ ਉਹਨਾਂ ਦਾ ਪੁਰਾਣਾ ਬਚਪਨ ਦਾ ਸਾਥੀ ਹੈ। ਤੈਨੂੰ ਸਭ ਇਹ ਹੁਣ ਲੰਮੀ ਕਹਾਣੀ ਹੈ ਜਾ ਕੇ ਵੀ ਬਾਲੇ ਦਾ ਕਰੈਕਟਰ ਹੋਇਆ ਵੀ ਕਿ ਨਹੀਂ ਹੋਇਆ, ਇਹ 'ਤੇ ਵੀ ਡਾਊਟ ਆ। ਤਾਂ ਹੀ ਮੈਂ ਕਹਿੰਦਾ ਵੀ ਉਹ ਕਰਮ ਸਿੰਘ ਸਟੋਰੀ ਨੂੰ ਉਹਨਾਂ ਦੀ ਕਿਤਾਬ ਕੱਤਕ ਕੇ ਵਿਸਾਖ ਉਹ ਜ਼ਰੂਰ ਪੜ੍ਹ ਲੈਣ, ਉਹ ਤੋਂ ਬਾਅਦ ਫਿਰ ਕਲੀਅਰ ਹੋ ਜਾਵੇ, ਫਿਰ ਆਪਾਂ ਜਿਸ ਵੇਲੇ ਗੱਲ ਕਰਾਂਗੇ ਤਾਂ ਸਾਰਿਆਂ ਨੂੰ ਸਮਝਣੀ ਸੌਖੀ ਹੋ ਜਾਊਗੀ। ਬਾਕੀ ਸਰ ਬੜੀ ਮਿਹਰਬਾਨੀ, ਓਕੇ, ਥੈਂਕ ਯੂ ਵੈਰੀ ਮਚ, ਥੈਂਕ ਯੂ ਸੋ ਮਚ। ਨੰਬਰ 1 ਸਾਊਥ ਏਸ਼ੀਅਨ ਰੇਡੀਓ ਸਟੇਸ਼ਨ 89.1 ਐਂਡ 93.1 ਰੈਡ ਐਫ ਐਮ।